ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਜਿਸ ਦਾ ਨਾਮ ਹੈ ਵਿਜ਼ਨ ਸਵੇਰਾ। ਮੈਂ ਮਨਦੀਪ ਕੌਰ ਸਰਾ ਤੇ ਮੈਂ ਰਵੀ ਸੰਗਰਾਹੂਰ ਜੀ। ਜਿਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੱਜਰੀ ਸਵੇਰ ਦੇ ਵਿੱਚ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਕਿਉਂਕਿ ਹਰ ਨਵੀਂ ਸਵੇਰ ਇੱਕ ਨਵੀਂ ਉਮੀਦ ਦੇ ਨਾਲ, ਨਵੀਆਂ ਕੁਝ ਸੁਪਨਿਆਂ ਦੇ ਨਾਲ ਸਾਡੇ ਰੂਬਰੂ ਹੁੰਦੀ ਹੈ, ਔਰ ਅਸੀਂ ਉਹਨਾਂ ਸੂਰਜ ਦੀਆਂ ਸੱਤ ਰੰਗੀਆਂ ਕਿਰਨਾਂ ਦੇ ਵਿੱਚ ਹੱਸਦੇ ਮੁਸਕਰਾਉਂਦੇ ਚਿਹਰਿਆਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ। ਬਹੁਤ ਹੀ ਵਧੀਆ ਲੱਗਦਾ, ਕਿਉਂਕਿ ਤੁਸੀਂ ਸਾਡੇ ਉਹ ਅਜੀਜ਼ ਦੋਸਤ ਹੋ ਜਿਨ੍ਹਾਂ ਨਾਲ ਅਸੀਂ ਹਰ ਰੋਜ਼ ਮੁਲਾਕਾਤ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ। ਜੀ ਬਿਲਕੁਲ, ਪਹਿਲਾਂ ਵੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਸਵੇਰ ਹੁੰਦੀ ਹੈ, ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ, ਉਹਨੇ ਤੈਅ ਕਰਨਾ ਹੈ ਕਿ ਸਾਡਾ ਦਿਨ ਕਿਸ ਤਰ੍ਹਾਂ ਦਾ ਨਿਕਲਣਾ ਹੈ। ਸਾਡੀ ਸ਼ੁਰੂਆਤ ਚੰਗੀ ਹੁੰਦੀ ਹੈ ਤਾਂ ਓਬਵੀਅਸਲੀ ਸਾਡਾ ਦਿਨ ਵੀ ਹੈ ਜਿਹੜਾ ਉਹ ਬਹੁਤ ਚੰਗਾ ਗੁਜ਼ਰੇਗਾ। ਤਾਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਵੇਰ ਦੇ ਵਿੱਚ ਸੋਹਣੀਆਂ ਸੋਹਣੀਆਂ ਤਾਜ਼ੀਆਂ ਤਾਜ਼ੀਆਂ ਜਿਹੜੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ। ਬਿਲਕੁਲ, ਔਰ ਇਹਨਾਂ ਗੱਲਾਂ ਬਾਤਾਂ ਤੋਂ ਯਾਦ ਆ ਗਿਆ ਕਿ ਅਸੀਂ ਹਰ ਰੋਜ਼ ਤੁਹਾਡੇ ਲਈ ਇੱਕ ਨਵਾਂ ਵਿਚਾਰ ਲੈ ਕੇ ਆਉਂਦੇ ਹਾਂ, ਕਿਉਂਕਿ ਨਵੇਂ ਵਿਚਾਰ ਦੇ ਵਿੱਚੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ। ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਪ੍ਰੇਰਣਾ ਜਿਹੜੀ ਸਾਨੂੰ ਸਾਡੇ ਵਿਚਾਰਾਂ ਤੋਂ ਮਿਲਦੀ ਹੈ ਉਹ ਸਾਡੇ ਸਾਰਿਆਂ ਕੋਲ ਹੀ ਹੁੰਦੇ ਆ, ਪਰ ਕਈ ਵਾਰ ਕੀ ਹੁੰਦਾ ਔਰ ਸਾਨੂੰ ਆਪਣੇ ਆਪ ਦੇ ਵਿੱਚੋਂ ਟਟੋਲਣੇ ਪੈਂਦੇ ਆ। ਅੱਜ ਦਾ ਜਿਹੜਾ ਵਿਚਾਰ ਅਸੀਂ ਲੈ ਕੇ ਆਏ ਹਾਂ, ਕਹਿੰਦੇ ਕਿ ਕਮਜ਼ੋਰ ਉਦੋਂ ਰੁਕਦੇ ਨੇ ਜਦੋਂ ਉਹ ਥੱਕ ਜਾਂਦੇ ਨੇ, ਅਤੇ ਮਜ਼ਬੂਤ ਲੋਕ ਹਮੇਸ਼ਾ ਉਦੋਂ ਜਿੱਤਦੇ ਨੇ ਜਦੋਂ ਉਦੋਂ ਰੁਕਦੇ ਨੇ ਜਦੋਂ ਉਹ ਜਿੱਤ ਜਾਂਦੇ ਨੇ, ਇਹ ਚੀਜ਼ ਹੁੰਦੀ ਹੈ। ਰਵੀ ਜੀ, ਇੱਥੇ ਇੱਕ ਗੱਲ ਕਰੀਏ ਕਿ ਮਜ਼ਬੂਤ ਲੋਕਾਂ ਦੀ ਅਤੇ ਕਮਜ਼ੋਰ ਲੋਕਾਂ ਦੀ, ਜਿਸ ਤਰ੍ਹਾਂ ਕਹਿੰਦੇ ਕਮਜ਼ੋਰ ਰੁਕਦੇ ਉਦੋਂ ਨੇ ਜਦੋਂ ਉਹ ਥੱਕ ਜਾਂਦੇ ਨੇ, ਇਹ ਵਾਕਈ ਗੱਲ ਹੈ? ਨਹੀਂ ਬਿਲਕੁਲ, ਇਹ ਤਾਂ ਇਹ ਜ਼ਿੰਦਗੀ ਦਾ ਇੱਕ ਫਲਸਫਾ ਬਣ ਜਾਂਦਾ ਕਿਤੇ ਨਾ ਕਿਤੇ ਸਾਡੀ। ਜਦੋਂ ਅਸੀਂ ਬਚਪਨ ਦੇ ਵਿੱਚ ਕਿਤੇ ਨਾ ਕਿਤੇ ਸ਼ੁਰੂਆਤ ਕਰਦੇ ਹਾਂ ਤਾਂ ਬਹੁਤ ਸਾਰੀਆਂ ਅਸੀਂ ਘਟਨਾਵਾਂ ਦੇਖ ਲੈਂਦੇ ਹਾਂ, ਅਸੀਂ ਬਹੁਤ ਸਾਰੇ ਆਸੇ ਪਾਸੇ ਜੋ ਸਾਡੇ ਵਾਪਰਦਾ ਹੈ ਤਾਂ ਕਿਸੇ ਨਾ ਕਿਸੇ ਦੀ ਜੋ ਪਰਛਾਈ ਜਿਹਨੂੰ ਕਹਿ ਸਕਦੇ ਹਾਂ, ਪਰਛਾਵਾਂ ਸਾਡੇ 'ਤੇ ਕਿਸੇ ਨਾ ਕਿਸੇ ਦਾ ਭਾਰੀ ਹੋ ਜਾਂਦਾ, ਉਹ ਜਾਂ ਤਾਂ ਆਲਸੀ ਬੰਦੇ ਦਾ ਹੋ ਜਾਂਦਾ ਅਤੇ ਜਾਂ ਸਾਡੇ 'ਤੇ ਜੋ ਬਹੁਤ ਮਿਹਨਤੀ ਇਨਸਾਨ ਹੈ ਜਿਹਦੀ ਅਸੀਂ ਸੰਗਤ ਦੇ ਵਿੱਚ ਰਹਿੰਦੇ ਹਾਂ ਉਹਦਾ ਪਰਛਾਵਾਂ ਹੋ ਜਾਂਦਾ ਹੈ। ਤਾਂ ਉਹ ਜਿਹੜੇ ਕਮਜ਼ੋਰ ਲੋਕ ਆ ਨਾ, ਉਹਦੀ ਸੰਗਤ ਦੇ ਵਿੱਚ ਰਹਿਣ ਵਾਲੇ ਵੀ ਕਮਜ਼ੋਰ ਹੋ ਜਾਂਦੇ ਆ, ਤੇ ਉਹ ਆਪਣੇ ਟੀਚੇ ਨੂੰ ਔਖਾ ਮੰਨਣ ਲੱਗ ਜਾਂਦੇ ਆ ਕਿ ਸਾਡਾ ਜੋ ਮੰਤਵ ਹੈ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ ਉਹ ਅਸੀਂ ਅਚੀਵ ਨਹੀਂ ਕਰ ਪਾਉਂਦੇ। ਜਾ ਕੇ ਜੇ ਆਪਾਂ ਅਸਲ ਦੇ ਵਿੱਚ ਮੰਨ ਕੇ ਚੱਲੀਏ ਤਾਂ ਕਿਸੇ ਵਿਦਵਾਨ ਨੇ ਵੀ ਕਿਹਾ ਕਿ ਇਮਪੋਸੀਬਲ ਦਾ ਮਤਲਬ ਆਈ ਐਮ ਪੋਸੀਬਲ ਹੀ ਹੁੰਦਾ, ਤੇ ਜੇਕਰ ਅਸੀਂ ਇਸ ਚੀਜ਼ ਨੂੰ ਮੰਨ ਕੇ ਚੱਲੀਏ ਕਿ ਜੋ ਵੀ ਅਸੀਂ ਟੀਚਾ ਮਿਥ ਲਿਆ ਉਹ ਬਹੁਤਾ ਔਖਾ ਨਹੀਂ ਹੈ, ਕਿਉਂਕਿ ਜੇ ਵਿਗਿਆਨਕ ਯੁੱਗ ਹੈ ਤਾਂ ਵਿਗਿਆਨਕ ਯੁੱਗ ਵੀ ਇੱਕ ਇਨਸਾਨ ਦੀ ਦੇਣੀ ਹੈ। ਤਾਂ ਜੇ ਅਸੀਂ ਅੱਜ ਉੱਨਤੀ ਦੇ ਵੱਲ ਜਾ ਰਹੇ ਹਾਂ ਤਾਂ ਉਹ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਹੀ ਜਾ ਰਹੇ ਹਾਂ। ਤਾਂ ਜਿਹੜੇ ਕਮਜ਼ੋਰ ਲੋਕ ਹੈ, ਮੈਨੂੰ ਐਂ ਲੱਗਦਾ ਕਿ ਉਹ ਇੱਕ ਸੰਗਤ ਦਾ ਜੋ ਅਸਰ ਹੋ ਜਾਂਦਾ ਕਿ ਅਸੀਂ ਜਿਸ ਨਾਲ ਵਿਚਰਦੇ ਹਾਂ ਉਸੇ ਦੀ ਆਪਣੀ ਸੰਗਤ ਹੁੰਦੀ ਹੈ। ਜੇ ਉਹ ਸਾਹਮਣੇ ਵਾਲਾ ਕਮਜ਼ੋਰ ਹੈ, ਅਸੀਂ ਉਹਦੇ ਨਾਲ ਟਾਈਮ ਜ਼ਿਆਦਾ ਸਪੈਂਡ ਕਰਦੇ ਹਾਂ ਤਾਂ ਅਸੀਂ ਵੀ ਕਮਜ਼ੋਰ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿਤੇ ਨਾ ਕਿਤੇ। ਅਤੇ ਜੇ ਸਾਡੀ ਸੰਗਤ ਕਿਸੇ ਬਹੁਤ ਵਧੀਆ ਇਨਸਾਨ ਦੀ ਹੈ ਜਿਹੜਾ ਲਗਾਤਾਰ ਮਿਹਨਤ ਕਰਦਾ, ਆਪਣੇ ਟੀਚੇ ਨੂੰ ਪਾਉਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਕਰਦਾ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਉਹਦੇ ਵਰਗੇ ਬਣ ਸਕਦੇ। ਬਿਲਕੁਲ, ਜਦੋਂ ਸਾਡੇ 'ਤੇ ਸਾਡੀ ਜ਼ਿੰਦਗੀ ਦੇ ਵਿੱਚ ਵਕਤ ਪੈਂਦਾ, ਕੋਈ ਅਸੀਂ ਮੁਸ਼ਕਿਲ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਪਰ ਕਹਿੰਦੇ ਆ ਕਿ ਕਿਸੇ ਦੇ ਸਾਡੇ ਹੌਸਲੇ ਨੂੰ ਵਧਾਉਣ ਦੇ ਲਈ ਦੋ ਸ਼ਬਦ ਬਹੁਤ ਹੁੰਦੇ ਆ। ਅਸੀਂ ਉਸ ਦੋ ਸ਼ਬਦਾਂ ਦੇ ਕਾਰਨ ਕਰਕੇ ਬਹੁਤ ਜ਼ਿਆਦਾ ਜ਼ਿੰਦਗੀ 'ਚ ਅੱਗੇ ਵੀ ਵੱਧ ਸਕਦੇ ਹੁੰਦੇ ਹਾਂ, ਪਰ ਜੇ ਉਸ ਵਕਤ ਸਾਡੇ ਕੋਲ ਸਾਡੀ ਸੰਗਤ ਜਿਹੜੀ ਸਾਨੂੰ ਕਿ ਉਤਸ਼ਾਹਿਤ ਕਰਨ ਦੀ ਬਜਾਏ ਸਾਨੂੰ ਪਿੱਛੇ ਵੱਲ ਲੈ ਕੇ ਜਾਂਦੀ ਹੈ, ਉਹਨਾਂ ਦੇ ਦੋ ਨੈਗੇਟਿਵ ਸ਼ਬਦ ਸਾਨੂੰ ਜਿਹੜੇ ਪਿੱਛੇ ਵੀ ਲਿਜਾ ਸਕਦੇ ਨੇ। ਇਸੇ ਕਰਕੇ ਵਾਤਾਵਰਨ ਦਾ, ਮਾਹੌਲ ਦਾ, ਸੰਗਤ ਦਾ ਸਾਡੇ 'ਤੇ ਬਹੁਤ ਅਸਰ ਹੁੰਦਾ। ਇੱਥੇ ਗੱਲ ਆਪਾਂ ਕਰ ਰਹੇ ਹਾਂ ਕਿ ਮਜ਼ਬੂਤ ਲੋਕਾਂ ਤੋਂ ਭਾਵ ਹੈ ਕਿ ਜਿਹੜੇ ਲੋਕਾਂ ਦੇ ਵਿੱਚ ਇੱਕਦਮ ਹੁੰਦਾ ਆਪਣੇ ਕੀਤੇ ਕੰਮਾਂ ਦੇ ਨਤੀਜੇ ਭੁਗਤਣ ਦਾ, ਹਮੇਸ਼ਾ ਉਹ ਲੋਕ ਜਿਹੜੇ ਦ੍ਰਿੜ ਇਰਾਦੇ ਦੇ ਹੁੰਦੇ ਆ, ਆਪਣੀ ਜ਼ਿੰਦਗੀ ਦੇ ਵਿੱਚ ਫੈਸਲੇ ਕਰਨ ਦੇ ਸਮਰੱਥ ਹੁੰਦੇ ਆ, ਔਰ ਉਹਨਾਂ ਫੈਸਲਿਆਂ ਨੂੰ ਉਹ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਖਤ ਮਿਹਨਤ ਵੀ ਕਰਦੇ ਆ ਅਤੇ ਕੁਛ ਕਰਕੇ ਦਿਖਾਉਂਦੇ ਆ। ਉਹਨਾਂ ਦੇ ਉੱਪਰ ਛੇਤੀ ਛੇਤੀ ਕਿਸੇ ਦੀ ਜੇ ਕਹਿ ਦਈਏ ਆਪਾਂ ਨੈਗੇਟਿਵ ਜਾਂ ਨਕਾਰਾਤਮਕ ਗੱਲ ਦਾ ਪ੍ਰਭਾਵ ਨਹੀਂ ਪੈਂਦਾ, ਹਮੇਸ਼ਾ ਉਹ ਕਹਿ ਦਈਏ ਸਕਾਰਾਤਮਕ ਸੋਚ ਲੈ ਕੇ ਚੱਲਦੇ ਆ ਅਤੇ ਜ਼ਿੰਦਗੀ ਦੇ ਵਿੱਚ ਸਫਲ ਵੀ ਹੁੰਦੇ ਆ, ਅਤੇ ਉਹ ਹਮੇਸ਼ਾ ਉਦੋਂ ਹੀ ਰੁਕਦੇ ਨੇ ਜਦੋਂ ਕਿ ਉਹ ਜਿੱਤ ਨਹੀਂ ਜਾਂਦੇ। ਪਰ ਕਹਿ ਦਈਏ ਕਿ ਉਦੋਂ ਵੀ ਮੇਰਾ ਖਿਆਲ ਉਹ ਲੋਕ ਨਹੀਂ ਰੁਕਦੇ, ਕਿਉਂਕਿ ਉਹਨਾਂ ਦਾ ਸਫ਼ਰ ਹਮੇਸ਼ਾ ਹੀ ਚੱਲਦਾ ਰਹਿੰਦਾ। ਜਿੱਤ ਕਿਸੇ ਸਫ਼ਰ ਦੇ ਰੁਕਣ ਦਾ ਨਾਮ ਨਹੀਂ ਅਸੀਂ ਕਹਿ ਸਕਦੇ, ਹਮੇਸ਼ਾ ਜਿਹੜੇ ਜਿੱਤਦੇ ਨੇ ਉਹ ਅੱਗੇ ਦੀ ਅੱਗੇ ਆਪਣੇ ਸਫ਼ਰ ਦੇ ਉੱਪਰ ਚੱਲ ਜਾਂਦੇ ਨੇ। ਜੀ ਬਿਲਕੁਲ, ਜੇ ਅਸੀਂ ਕਿਸੇ ਉਦਾਹਰਣ ਲੈ ਲਈਏ, ਕਿਸੇ ਵਿਦਿਆਰਥੀ ਦੀ ਉਦਾਹਰਣ ਲੈ ਲਈਏ, ਤਾਂ ਉਹ ਆਪਣੀ ਪੜ੍ਹਾਈ ਜਿਹੜੀ ਸ਼ੁਰੂ ਕਰਦਾ, ਨਰਸਰੀ ਤੋਂ ਸ਼ੁਰੂ ਕਰਦਾ, ਔਰ ਜ਼ਿਆਦਾ ਤੋਂ ਜ਼ਿਆਦਾ ਉਹਦਾ ਮਕਸਦ ਕੀ ਹੁੰਦਾ ਕਿ ਮੈਂ ਗ੍ਰੈਜੂਏਸ਼ਨ ਕਰ ਲਈ ਹੈ, ਉਸ ਤੋਂ ਬਾਅਦ ਕੁਛ MA ਦੀ ਡਿਗਰੀ ਕਰ ਲਈ ਹੈ ਜਾਂ ਕੋਈ ਹੋਰ ਨਾਲ ਲੱਗਦਾ ਕੋਈ ਹੋਰ ਡਿਗਰੀ ਕਰ ਲਈ ਹੈ, ਤਾਂ ਉਸ ਤੋਂ ਬਾਅਦ ਉਹਦੀ ਕੋਸ਼ਿਸ਼ ਹੈ ਕਿ ਮੈਨੂੰ ਕਿਤੇ ਨਾ ਕਿਤੇ ਛੋਟੀ ਮੋਟੀ ਜਿਹੜੀ ਨੌਕਰੀ ਹੈ ਉਹ ਮਿਲ ਗਈ ਹੈ, ਮੈਂ ਆਪਣਾ ਕਮਾਉਣ ਦੇ ਸਮਰੱਥ ਹੋ ਗਿਆ। ਤਾਂ ਇਸ ਤੋਂ ਬਾਅਦ ਜੋ ਮੇਰਾ ਟੀਚਾ ਸੀ
ਉਹ ਮੈਂ ਪੂਰਾ ਕਰ ਚੁੱਕਿਆ ਇੱਥੇ ਆ ਕੇ ਕਿਤੇ ਨਾ ਕਿਤੇ ਆਪਣੀ ਕਮਜ਼ੋਰੀ ਨੂੰ ਉਹ ਲੋਕਾਂ ਦੇ ਸਾਹਮਣੇ ਨਹੀਂ ਦਿਖਾ ਪਾਉਂਦਾ ਪਰ ਆਪਣੇ ਅੰਦਰ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਉਹ ਪਰ ਜਿਹੜੇ ਜਿਹੜੇ ਮਜ਼ਬੂਤ ਲੋਕ ਹੁੰਦੇ ਆ ਉਹ ਆਪਾਂ ਅਕਸਰ ਹੀ ਦੇਖਦੇ ਹਾਂ ਬਹੁਤ ਸਾਰੀਆਂ ਸਾਡੇ ਸਮਾਜ ਦੇ ਵਿੱਚ ਉਦਾਹਰਨਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵੱਡੇ ਵੱਡੇ ਅਫਸਰ ਲੋਕ ਨੇ ਜਿਹੜੇ IAS PCS ਵਗੈਰਾ ਦੇ ਵੱਡੇ ਵੱਡੇ ਕੋਰਸ ਕਰਕੇ ਤੇ ਅੱਗੇ ਵੀ ਅੱਗੇ ਦੀ ਪੜ੍ਹਾਈ ਨੂੰ ਜੋ ਹੈ ਜਾਰੀ ਰੱਖਦੇ ਆ ਤਾਂ ਉਹ ਕਿਤੇ ਨਾ ਕਿਤੇ ਮਜ਼ਬੂਤੀ ਦਾ ਆਪਣੇ ਦਾ ਜੋ ਹੈ ਆਪਣੇ ਸਾਹਮਣੇ ਉਦਾਹਰਨ ਪੇਸ਼ ਕਰਦੇ ਆ ਤਾਂ ਇਹੋ ਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਨੇ ਜਿਨ੍ਹਾਂ ਨੂੰ ਅਸੀਂ ਆਪਾਂ ਇੱਕ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਸਕਦੇ ਹਾਂ ਤੇ ਇਹਨਾਂ ਮਿਸਾਲਾਂ ਨੂੰ ਦੇਖ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਿਆ ਜਾ ਸਕਦਾ ਹੈ ਬਿਲਕੁਲ ਦ੍ਰਿੜ ਇਰਾਦੇ ਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰ ਸਕਦੇ ਹਾਂ ਸਾਨੂੰ ਕਦੇ ਵੀ ਇਹ ਨਹੀਂ ਹੁੰਦਾ ਕਿ ਹਾਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਜਾਂ ਕੋਈ ਸਾਡੇ ਦੂਸਰਾ ਨਾਲ ਦਾ ਉਹ ਕੰਮ ਕਰ ਸਕਦਾ ਅਸੀਂ ਕੁਛ ਵੀ ਕਰ ਸਕਦੇ ਜੇਕਰ ਸਾਡਾ ਇਰਾਦਾ ਦ੍ਰਿੜ ਹੋਵੇਗਾ ਆਪਣੇ ਆਪ ਦੇ ਵਿੱਚ ਵਿਸ਼ਵਾਸ ਹੋ ਗਿਆ ਕਹਿੰਦੇ ਕਿ ਜੇ ਵਿਸ਼ਵਾਸ ਆਪਣੇ ਆਪ ਤੇ ਕੀਤਾ ਜਾਵੇ ਦੂਸਰਿਆਂ ਨਾਲੋਂ ਜ਼ਿਆਦਾ ਤਾਂ ਬੰਦਾ ਸਫਲਤਾ ਹਾਸਲ ਕਰ ਲੈਂਦਾ ਜੇ ਦੂਸਰਿਆਂ ਤੇ ਵਿਸ਼ਵਾਸ ਕਰਾਂਗੇ ਤਾਂ ਹਮੇਸ਼ਾ ਹੀ ਠੇਸ ਲੱਗਦੀ ਹੈ ਔਰ ਇਹ ਸੀ ਸਾਡਾ ਅੱਜ ਦਾ ਵਿਚਾਰ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਤੇ ਹੁਣ ਆਪਾਂ ਵਧਦੇ ਹਾਂ ਵਿਜ਼ਨ ਸਵੇਰਾ ਪ੍ਰੋਗਰਾਮ ਦੇ ਅਗਲੇ ਪੜਾਅ ਤੇ ਜੀ ਸਾਡੇ ਅਗਲੇ ਪੜਾਅ 'ਚ ਅਸੀਂ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤਾਂ ਇਸ ਪੜਾਅ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਸਿਹਤ 'ਤੇ ਜਿਸ ਦੇ ਵਿੱਚ ਸਿਹਤ ਦੇ ਨਾਲ ਜੋ ਸਾਨੂੰ ਸਭ ਨੂੰ ਪਤਾ ਹੈ ਕਿ ਬਿਮਾਰੀਆਂ ਦੀ ਭਰਮਾਰ ਹੈ ਨਿੱਕੀ ਤੋਂ ਨਿੱਕੀ ਬਿਮਾਰੀ ਔਰ ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਹੈ ਇਹ ਬੜੀ ਹਾਵੀ ਹੁੰਦੀ ਹੈ ਸਾਡੇ 'ਤੇ ਅਤੇ ਬਹੁਤ ਜਲਦੀ ਹੁੰਦੀ ਹੈ ਇਹ 'ਤੇ ਅਸੀਂ ਕਿਸੇ ਨਾ ਕਿਸੇ ਟੋਪਿਕ 'ਤੇ ਜ਼ਰੂਰ ਗੱਲਬਾਤ ਕਰਦੇ ਹੁੰਦੇ ਹਾਂ ਕਿਉਂਕਿ ਸਿਹਤ ਦਾ ਵਿਸ਼ਾ ਜਿਹੜਾ ਇਹ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਅੱਜ ਸਾਡਾ ਵਿਸ਼ਾ ਹੈ ਅੱਖਾਂ ਦੀਆਂ ਬਿਮਾਰੀਆਂ ਦਾ ਅੱਖਾਂ ਦੀ ਦੇਖਭਾਲ ਅੱਖਾਂ ਦੀ ਦੇਖਭਾਲ ਅੱਖਾਂ ਦੀਆਂ ਬਿਮਾਰੀਆਂ ਸਾਨੂੰ ਕਿਸ ਤਰੀਕੇ ਨਾਲ ਲੱਗਦੀਆਂ ਨੇ ਔਰ ਕਿੱਦਾਂ ਅਸੀਂ ਇਹਨਾਂ ਤੋਂ ਆਪਣੇ ਘਰ ਰਹਿ ਕੇ ਇਹਨਾਂ ਬਿਮਾਰੀਆਂ ਤੋਂ ਕਿਵੇਂ ਬਚਾਅ ਕਰ ਸਕਦੇ ਹਾਂ ਕਿ ਕਿਸ ਤਰੀਕੇ ਦੇ ਇਹਨਾਂ ਦੇ ਇਸ ਨਾਲ ਬਿਮਾਰੀਆਂ ਦੇ ਲੱਛਣ ਹੁੰਦੇ ਆ ਅਸੀਂ ਅੱਜ ਇਸ 'ਤੇ ਗੱਲਬਾਤ ਕਰਾਂਗੇ ਕਿਉਂਕਿ ਹੈਗੀ ਅੱਖਾਂ ਦੀ ਜੇਕਰ ਆਪਾਂ ਗੱਲ ਕਰੀਏ ਕਿਸੇ ਨੇ ਠੀਕ ਹੀ ਕਿਹਾ ਕਿ ਜੀਭ ਗਈ ਤਾਂ ਸਵਾਦ ਗਿਆ ਅੱਖਾਂ ਗਈਆਂ ਤਾਂ ਜਹਾਨ ਗਿਆ ਕਿਉਂਕਿ ਅੱਖਾਂ ਤੋਂ ਬਿਨਾਂ ਅਸੀਂ ਇਸ ਦੁਨੀਆ 'ਤੇ ਨਾ ਹੋਇਆਂ ਵਰਗਿਆਂ ਜਿਸ ਦੀ ਅੱਖਾਂ ਦੀ ਨਿਗਾਹ ਘੱਟ ਜਾਂਦੀ ਹੈ ਜਾਂ ਅੱਖਾਂ ਦੀ ਰੋਸ਼ਨੀ ਬਿਲਕੁਲ ਚਲੀ ਜਾਂਦੀ ਹੈ ਉਸ ਇਨਸਾਨ ਦਾ ਦੁੱਖ ਅਸੀਂ ਜਾਣ ਕੇ ਵੀ ਨਹੀਂ ਜਾਣ ਸਕਦੇ ਬਹੁਤ ਜ਼ਿਆਦਾ ਜਿਵੇਂ ਕਹਿ ਦਈਏ ਕਿ ਇੱਕ ਸੈਂਸਿਟਿਵ ਪਾਰਟ ਹੈ ਸਾਡੀ ਬੋਡੀ ਦਾ ਜੇਕਰ ਅਸੀਂ ਦੇਖਿਆ ਜਾਵੇ ਅੱਜ ਦੇ ਟਾਈਮ ਦੇ ਵਿੱਚ ਨਜ਼ਰ ਨੂੰ ਲੈ ਕੇ ਅਸੀਂ ਸਾਡੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਦੇਖਿਆ ਜਾਵੇ ਕਿ ਬਹੁਤ ਜ਼ਿਆਦਾ ਬੱਚਿਆਂ ਤੋਂ ਬੱਚਿਆਂ ਦੀ ਨਿਗਾਹ ਜਿਹੜੀ ਅਸੀਂ ਦੇਖੇ ਕਿ ਅੱਜ ਦੇ ਇੰਨੀ ਜ਼ਿਆਦਾ ਤੇਜ਼ੀ ਨਾਲ ਘੱਟ ਰਹੀ ਹੈ ਜਨਮ ਤੋਂ ਹੀ ਬੱਚਿਆਂ ਦੀ ਨਜ਼ਰ ਘੱਟ ਰਹੀ ਹੈ ਬਹੁਤ ਕਿਉਂਕਿ ਇਹਦੇ ਕਾਰਨ ਬਹੁਤ ਸਾਰੇ ਨੇ ਸਾਡਾ ਵਾਤਾਵਰਨ ਨਾ ਸਾਫ਼ ਹੋਣਾ ਵੀ ਇਸਦਾ ਸਭ ਤੋਂ ਵੱਡਾ ਕਾਰਨ ਹੈਗਾ ਔਰ ਬੱਚਿਆਂ ਦਾ ਜ਼ਿਆਦਾ ਜਿਸ ਤਰ੍ਹਾਂ ਮੋਬਾਈਲ ਵਗੈਰਾ ਦੀ ਵਰਤੋਂ ਜ਼ਿਆਦਾ ਹੋ ਗਈ ਹੈ TV ਮੋਬਾਈਲ ਦੀ ਵਰਤੋਂ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇਸ ਦੇ ਨਾਲ ਨਾਲ ਜੇਕਰ ਅਸੀਂ ਗੱਲ ਕਰੀਏ ਅੱਜ ਅਸੀਂ ਤੁਹਾਨੂੰ ਕੁਛ ਟਿਪਸ ਵੀ ਦੇਣੇ ਆ ਜਿਨ੍ਹਾਂ ਦਾ ਕਰਕੇ ਅਸੀਂ ਆਪਣੀਆਂ ਅੱਖਾਂ ਦੀ ਦੇਖਭਾਲ ਕਰ ਸਕਦੇ ਹਾਂ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਅੱਖਾਂ ਦੇ ਜਿਹੜੇ ਉਹ ਲੱਛਣ ਨੇ ਜਿਨ੍ਹਾਂ ਕਰਕੇ ਸਾਨੂੰ ਲੱਗਦਾ ਕਿ ਸਾਡੀ ਅੱਖਾਂ ਦੀ ਕੋਈ ਪ੍ਰੋਬਲਮ ਕੋਈ ਸਮੱਸਿਆ ਸਾਨੂੰ ਆ ਰਹੀ ਹੈ ਜਿਸ ਤਰ੍ਹਾਂ ਦਰਸ਼ਕੋ ਅਸੀਂ ਸਾਰੇ ਹੀ ਜਾਣਦੇ ਹਾਂ ਕੁਛ ਕੁ ਚੀਜ਼ਾਂ ਜਿਹੜੀਆਂ ਸਾਨੂੰ ਸਾਰਿਆਂ ਨੂੰ ਪਤਾ ਹੁੰਦੀਆਂ ਸਾਨੂੰ ਵੀ ਪਤਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਜਿਸ ਤਰ੍ਹਾਂ ਸਾਡੀਆਂ ਅੱਖਾਂ ਦੇ ਵਿੱਚ ਜਲਨ ਹੋਣੀ ਕਿਸੇ ਕਿਸਮ ਦੀ ਰਵੀ ਜੀ ਜਦੋਂ ਕਈ ਵਾਰ ਸਾਡੀ ਅੱਖਾਂ ਜਲਨ ਹੁੰਦੀ ਹੈ ਤਾਂ ਅਸੀਂ ਕੀ ਕਰਦੇ ਹਾਂ ਉਸ ਨੂੰ ਅਣਗੌਲਿਆ ਕਰ ਦਿੰਦੇ ਹਾਂ ਕਿ ਵੈਸੇ ਹੀ ਸ਼ਾਇਦ ਜਲਨ ਹੋ ਰਹੀ ਹੈ ਔਰ ਅਸੀਂ ਕੀ ਕਰਦੇ ਹਾਂ ਕਈ ਵਾਰ ਅੱਖਾਂ ਨੂੰ ਖੁਰਕਣ ਲੱਗ ਜਾਂਦੇ ਹਾਂ ਔਰ ਇੰਨੀ ਤੇਜ਼ੀ ਨਾਲ ਖੁਰਕਦੇ ਅਸੀਂ ਸੋਚਦੇ ਹਾਂ ਕਿ ਡਾਕਟਰ ਦੇ ਜਾਣ ਦੀ ਸ਼ਾਇਦ ਸਾਨੂੰ ਕੋਈ ਲੋੜ ਨਹੀਂ ਹੈਗੀ ਅਸੀਂ ਘਰੇਲੂ ਅਸੀਂ ਉਪਾਅ ਵਰਤ ਲੈਂਦੇ ਹਾਂ ਕਈ ਵਾਰ ਜੋ ਕਿ ਸਾਨੂੰ ਬਿਨਾਂ ਡਾਕਟਰ ਦੇ ਸਲਾਹ ਤੋਂ ਮੇਰਾ ਖਿਆਲ ਨਹੀਂ ਵਰਤਣੇ ਚਾਹੀਦੇ ਔਰ ਉੱਥੇ ਦੇਖਿਆ ਜਾਵੇ ਸਾਡੇ ਅੱਖਾਂ ਦੇ ਆਲੇ ਦੁਆਲੇ ਸੋਜ ਹੋ ਜਾਂਦੀ ਹੈ ਜਿਹਨੂੰ ਅਸੀਂ ਸਵੈਲਿੰਗ ਕਹਿ ਦਿੰਦੇ ਹੈਗੇ ਕਈ ਵਾਰ ਹੁੰਦਾ ਕਿ ਇਨਸਾਨ ਦਾ ਵਰਕਲੋਡ ਅੱਜ ਦੇ ਟਾਈਮ 'ਚ ਇੰਨਾ ਗਾ ਕਿ ਅੱਖਾਂ ਦੇ ਆਲੇ ਦੁਆਲੇ ਸੋਜ ਹੋ ਜਾਂਦੀ ਹੈ ਪਰ ਫਿਰ ਵੀ ਸਾਨੂੰ ਇਸ ਚੀਜ਼ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਅੱਜ ਦੇ ਟਾਈਮ 'ਚ ਅਸੀਂ ਕੰਪਿਊਟਰ ਮੋਬਾਈਲ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਾਂ ਜਿਹੜਾ ਸਵੇਰ ਤੋਂ ਲੈ ਕੇ 8 ਵਜੇ ਤੋਂ ਇੱਕ ਇਨਸਾਨ ਕੰਮ 'ਚ ਜੁਟਿਆ ਹੋਇਆ ਸ਼ਾਮ ਦੇ 6-7 ਵਜੇ ਤੱਕ ਆਪਣੀ ਡਿਊਟੀ ਕਰ ਰਿਹਾ ਮਤਲਬ ਅੱਖਾਂ ਨੂੰ ਬਿਲਕੁਲ ਰੈਸਟ ਨਹੀਂ ਮਿਲਦੀ ਹੈਗੀ ਜੀ ਬਿਲਕੁਲ ਕਿਉਂਕਿ ਕੰਮ ਦੀ ਅੱਜ ਕੱਲ੍ਹ ਜਿਹੜੀ ਦੌੜ ਬਹੁਤ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਵਰਕ ਹੈ ਅਸੀਂ ਆਪਦਾ ਕੋਈ ਨਿੱਜੀ ਬਿਜ਼ਨਸ ਕਰ ਰਹੇ ਹਾਂ ਜਾਂ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਉਸ 'ਚ ਵਰਕ ਲੋਡ ਹੀ ਅੱਜ ਕੱਲ੍ਹ ਇੰਨਾ ਹੋ ਗਿਆ ਕਿ ਸਾਨੂੰ ਕਿਤੇ ਨਾ ਕਿਤੇ ਅੱਖਾਂ ਨੂੰ ਰੈਸਟ ਆ ਜਿਹੜੀ ਉਹ ਬਹੁਤ ਘੱਟ ਮਿਲਦੀ ਹੈ ਅਸੀਂ ਉਹਨਾਂ ਤੋਂ ਕੰਮ ਤਾਂ ਜ਼ਿਆਦਾ ਲੈ ਲੈਂਦੇ ਹਾਂ ਪਰ ਜਿਹੜਾ ਇੱਕ ਉਨੀਂਦਰ ਹੈ ਜਿਹੜਾ ਉਹ ਵੀ ਕਿਤੇ ਨਾ ਕਿਤੇ ਸਾਨੂੰ ਇਹਨਾਂ ਬਿਮਾਰੀਆਂ ਦੇ ਵਿੱਚ ਜੋ ਹੈ ਇਫੈਕਟ ਜ਼ਰੂਰ ਕਰਦਾ ਕਿ ਅੱਖਾਂ ਨੂੰ ਜਿੰਨਾ ਅਸੀਂ ਉਹਨਾਂ ਤੋਂ ਕੰਮ ਲੈਂਦੇ ਹਾਂ ਤਾਂ ਰੈਸਟ ਦੀ ਵੀ ਜ਼ਰੂਰਤ ਹੁੰਦੀ ਹੈ ਤਾਂ ਇਹ ਵੀ ਇੱਕ ਜਿਹੜਾ ਕਈ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਜਿਵੇਂ ਅਸੀਂ ਸਾਡੇ ਸਰੀਰ ਦੇ ਲਈ ਰੈਸਟ ਦਾ ਟਾਈਮ ਕਹਿੰਦੇ ਹਾਂ ਕਿ ਸਾਨੂੰ ਮਿਲਣਾ ਚਾਹੀਦਾ ਉਸ ਤਰ੍ਹਾਂ ਅੱਖਾਂ ਨੂੰ ਵੀ ਰੈਸਟ ਦਵਾਉਣਾ ਬਹੁਤ ਜ਼ਰੂਰੀ ਹੈ ਔਰ ਦੂਸਰੀ ਗੱਲ ਕਰੀਏ ਤਾਂ ਸਾਡੀ ਅਸੀਂ ਕੀ ਕਰਦੇ
ਕਰਦੇ ਹਾਂ ਸਵੇਰੇ ਜ਼ਿਆਦਾਤਰ ਕੀ ਹੁੰਦਾ ਵੀ ਅਸੀਂ ਉੱਠਦੇ ਹਾਂ ਕਈ ਵਾਰ ਤਾਂ ਮੂੰਹ ਵੀ ਨਹੀਂ ਧੋਂਦੇ ਅਸੀਂ ਅੱਖਾਂ ਤੇ ਛਿੱਟੇ ਨਹੀਂ ਮਾਰਦੇ ਕਹਿੰਦੇ ਜ਼ਿਆਦਾਤਰ ਕਹਿੰਦੇ ਕਿ ਅੱਖਾਂ ਦੇ ਉੱਪਰ ਠੰਡੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਆ ਕਿਉਂਕਿ ਇਸ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਅੱਖਾਂ ਨੂੰ ਔਰ ਅੱਜ ਦੇ ਟਾਈਮ 'ਚ ਤਾਂ ਖਾਸ ਕਰਕੇ ਇਹ ਚੀਜ਼ ਖਾਸ ਧਿਆਨ ਦੇ ਦੇਣ ਯੋਗ ਹੈਗੀ ਹੈਗੀ ਅੱਖਾਂ ਦੀ ਜਿਸ ਤਰ੍ਹਾਂ ਉੱਦਾਂ ਆਪਾਂ ਸਫਾਈ ਦੀ ਗੱਲ ਕਰੀਏ ਕਿਉਂਕਿ ਅਸੀਂ ਬਹੁਤ ਜ਼ਿਆਦਾ ਦੇਖਦੇ ਹਾਂ ਕਿ ਅਸੀਂ ਸਾਰੇ ਦਿਨ ਵਿੱਚ ਵੀ ਮੂੰਹ ਨਹੀਂ ਜ਼ਿਆਦਾ ਧੋਂਦੇ ਹੈਗੇ ਅੱਖਾਂ ਨਹੀਂ ਜ਼ਿਆਦਾ ਧੋਂਦੇ ਹੈਗੇ ਦਿਨ ਵਿੱਚ 2-3 ਵਾਰੀ ਘੱਟੋ ਘੱਟ ਸਾਨੂੰ ਮੂੰਹ ਧੋਣਾ ਚਾਹੀਦਾ ਸਾਫ਼ ਕਰਨਾ ਚਾਹੀਦਾ ਅੱਖਾਂ ਸਾਫ਼ ਕਰਨੀਆਂ ਚਾਹੀਦੀਆਂ ਚੰਗੀ ਤਰ੍ਹਾਂ ਨਾਲ ਸਾਫ਼ ਕੱਪੜੇ ਹੀ ਵਰਤਣੇ ਚਾਹੀਦੇ ਜਿਹੜਾ ਸਪੈਸ਼ਲ ਅੱਖਾਂ ਲਈ ਹੋਵੇ ਦੂਸਰੇ ਦਾ ਵਰਤਿਆ ਹੋਇਆ ਕੋਈ ਵੀ ਟਾਵਲ ਸਾਨੂੰ ਨਹੀਂ ਵਰਤਣਾ ਚਾਹੀਦਾ ਜੀ ਛੋਟੀ ਛੋਟੀ ਗੱਲਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜਿਹੜੀਆਂ ਸਾਨੂੰ ਲੱਗਦਾ ਕਿ ਸਾਂਝੀਆਂ ਕਰਨੀਆਂ ਬਣਦੀਆਂ ਵੀ ਹੈਗੀਆਂ ਜੀ ਕਿਉਂਕਿ ਜਿਹੋ ਜਿਹਾ ਆਪਾਂ ਆਲਾ ਦੁਆਲਾ ਦੇਖਦੇ ਹਾਂ ਜਿਵੇਂ ਅਕਸਰ ਹੀ ਰੌਲਾ ਪੈਂਦਾ ਹੈ ਕਿ ਜਦੋਂ ਕਿਸਾਨ ਆਪਣੀ ਫਸਲ ਵੱਢ ਲੈਂਦਾ ਹੈ ਤਾਂ ਉਸ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਉਹਦੇ ਨੇੜੇ ਨੇ ਜੇ ਆਪਾਂ ਵਿੱਚ ਦੀ ਗੁਜ਼ਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਆਪਾਂ ਉਹ 'ਚ ਸਾਹ ਨਹੀਂ ਲੈ ਸਕਦੇ ਤਾਂ ਉਹ ਆਪਾਂ ਸਾਹ ਤਾਂ 2 ਮਿੰਟ ਰੋਕ ਕੇ ਵੀ ਲੰਘ ਸਕਦੇ ਹਾਂ 1 ਮਿੰਟ ਰੋਕ ਕੇ ਲੰਘ ਸਕਦੇ ਹਾਂ ਪਰ ਅੱਖਾਂ ਨੂੰ ਜੋ ਆਪਾਂ ਨੂੰ ਖੁੱਲੀਆਂ ਹੀ ਕਰਕੇ ਲੰਘਣਾ ਪੈਂਦਾ ਉੱਥੋਂ ਉਹਦੇ ਨਾਲ ਵੀ ਜੋ ਹੈ ਬਹੁਤ ਇਫੈਕਟ ਪੈਂਦਾ ਬਾਕੀ ਮਿੱਟੀ ਘੱਟਾ ਜਿਹੜਾ ਇਹ ਬਹੁਤ ਜ਼ਿਆਦਾ ਆਲੇ ਦੁਆਲੇ ਆਪਾਂ ਦੇਖਦੇ ਹਾਂ ਤਾਂ ਇਹਨਾਂ ਨਾਲ ਵੀ ਅੱਖਾਂ 'ਤੇ ਇਫੈਕਟ ਹੁੰਦਾ ਤੁਸੀਂ ਠੀਕ ਗੱਲ ਕੀਤੀ ਹੈ ਕਿ ਜਿਹੜੇ ਅੱਖਾਂ ਦੀ ਦੇਖਭਾਲ ਹੈ ਉਹਨਾਂ ਦੀ ਸੰਭਾਲ ਹੈ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਸੀਂ ਇਹਨਾਂ ਨੂੰ ਘੱਟ ਤੋਂ ਘੱਟ 4-5 ਵਾਰ ਅੱਖਾਂ ਨੂੰ ਕਿ ਠੰਡੇ ਪਾਣੀ ਦਾ ਛਿੱਟੇ ਮਾਰ ਕੇ ਕਿਤੇ ਨਾ ਕਿਤੇ ਧੋਂਦੇ ਰਹੀਏ ਉਹਨਾਂ ਨੂੰ ਸਾਫ਼ ਕੱਪੜੇ ਨਾਲ ਸਾਫ਼ ਕਰਦੇ ਰਹੀਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਅੱਖਾਂ ਦੇ ਵਿੱਚ ਲਾਲੀ ਉਤਰਦੀ ਹੈ ਜਾਂ ਇਸ ਤੋਂ ਜਿਹੜੀਆਂ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ ਉਹਨਾਂ ਨੂੰ ਰੋਕਿਆ ਜਾ ਸਕਦਾ ਬਿਲਕੁਲ ਔਰ ਅੱਖਾਂ ਦੀਆਂ ਪਲਕਾਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਸਾਡੇ ਡੈਂਡਰਫ ਸਿੱਕਰੀ ਆ ਜਾਂਦੀ ਹੈ ਅਸੀਂ ਕਹਿੰਦੇ ਹਾਂ ਉਹ ਖੁਸ਼ਕੀ ਜਿਹੜੀ ਹੈਗੀ ਅੱਖਾਂ ਦੀਆਂ ਪਲਕਾਂ 'ਤੇ ਆ ਜਾਂਦੀ ਉਸ ਲਈ ਜਿੱਥੋਂ ਤੱਕ ਅਸੀਂ ਕਹੇ ਕਿ ਰਾਤ ਦੇ ਟਾਈਮ ਕੋਈ ਨਾਰੀਅਲ ਦਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵੀ ਤੇਲ ਜਿਹੜਾ ਹੈਗਾ ਅਸੀਂ ਸਾਨੂੰ ਲਗਾਉਣਾ ਚਾਹੀਦਾ ਅੱਖਾਂ ਦੇ ਉੱਪਰ ਉਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਔਰ ਦੂਸਰੀ ਗੱਲ ਆਪਾਂ ਜਿਸ ਤਰ੍ਹਾਂ ਕੀਤੀ ਹੈ ਕਿ ਆਪਣੇ ਕੰਮ ਦੇ ਵਿੱਚ ਦੀ ਸਾਨੂੰ ਰੈਸਟ ਦੇਣੀ ਚਾਹੀਦੀ ਹੈ ਸਾਡੀਆਂ ਅੱਖਾਂ ਨੂੰ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਸ ਤਰ੍ਹਾਂ ਅੱਖਾਂ ਦੀ ਹੋਰ ਇੱਕ ਬਹੁਤ ਵੱਡਾ ਇਫੈਕਟ ਪੈਂਦਾ ਹੈ ਮਨਦੀਪ ਖਾਸ ਕਰਕੇ ਬੱਚਿਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਛੋਟੇ ਛੋਟੇ ਬੱਚਿਆਂ ਦੀ ਨਜ਼ਰ ਘਟਦੀ ਹੈ ਉਹਦਾ ਐ ਮਹਿਸੂਸ ਹੁੰਦਾ ਹੈ ਕਿ ਜਦੋਂ ਬੱਚਾ ਪੜ੍ਹਾਈ ਕਰਦਾ ਉਹਦੇ ਕੋਲ ਲਾਈਟ ਦੀ ਬਹੁਤ ਕਮੀ ਹੁੰਦੀ ਹੈ ਬਹੁਤ ਆਪਾਂ ਦੇਖਦੇ ਹਾਂ ਅਕਸਰ ਹੀ ਕਿ ਬੱਚੇ ਨੂੰ ਇੱਕ ਬਲਬ ਜਿਹੜਾ ਲੱਗਾ ਹੁੰਦਾ ਅਸੀਂ ਛੋਟੇ ਬਲਬ ਯੂਜ਼ ਕਰਨ ਲੱਗ ਗਏ ਉਹਦੇ ਵਿੱਚ ਬੱਚਾ ਪੜ੍ਹਾਈ ਕਰਦਾ ਤੇ ਅੱਖਾਂ ਦਾ ਜਿਹੜਾ ਜ਼ੋਰ ਹੈ ਉਹ ਆਮ ਨਾਲੋਂ ਜ਼ਿਆਦਾ ਲੱਗਦਾ ਬੱਚਿਆਂ ਦੀ ਜੋ ਪੜ੍ਹਾਈ ਹੈ ਬਹੁਤ ਹੈਵੀ ਹੋ ਗਈ ਹੈ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਤੋਂ ਵਰਕ ਕਰਵਾਇਆ ਜਾਂਦਾ ਹੈ ਤਾਂ ਬੱਚੇ ਨੇ ਘਰ ਵਾ ਕੇ ਹੋਮਵਰਕ ਵੀ ਕਰਨਾ ਉਹਨਾਂ ਨੇ ਲਗਾਤਾਰ ਪੜ੍ਹਨਾ ਤਾਂ ਉਹਦੀ ਇੱਕ ਜਿਹੜੀ ਲਾਈਟਿੰਗ ਦੀ ਪ੍ਰੋਬਲਮ ਹੈ ਬਹੁਤ ਘੱਟ ਹੁੰਦੀ ਹੈ ਜਿਹਦੇ ਨਾਲ ਬੱਚਿਆਂ ਨੂੰ ਆਈ ਸਾਈਟ ਦੀ ਪ੍ਰੋਬਲਮ ਬਹੁਤ ਜਲਦੀ ਆਉਂਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਨਜ਼ਰ ਦੀ ਐਨਕ ਦੀ ਵਰਤੋਂ ਕਰਨੀ ਪੈਂਦੀ ਹੈ ਜੇ ਉਹਨਾਂ ਨੂੰ ਐਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜੇ ਉਹਨਾਂ ਨੂੰ ਲਾਈਟਿੰਗ ਜ਼ਿਆਦਾ ਦਿੱਤੀ ਜਾਵੇ ਜਿਵੇਂ ਲੈਂਪ ਆਉਂਦੇ ਸੀ ਪਹਿਲਾਂ ਲੈਂਪ ਰੱਖ ਕੇ ਪੜ੍ਹਿਆ ਜਾਂਦਾ ਸੀਗਾ ਹੈ ਨਾ ਜੇ ਉਸ ਚੀਜ਼ ਨੂੰ ਯੂਜ਼ ਕੀਤਾ ਜਾਵੇ ਤਾਂ ਇਸ ਚੀਜ਼ ਨੂੰ ਬਹੁਤ ਘਟਾਇਆ ਜਾ ਸਕਦਾ ਬਿਲਕੁਲ ਔਰ ਇਸ ਦੇ ਨਾਲ ਇੱਕ ਚੀਜ਼ ਹੋਰ ਹੈ ਕਿ ਸਾਂਭ ਸੰਭਾਲ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਚੀਜ਼ ਆਉਂਦੀ ਹੈ ਉਹ ਸਾਡੇ ਆਉਂਦੀ ਖਾਣ ਪਾਣ ਦੀ ਅਸੀਂ ਕੀ ਜਿਹੜੀ ਚੀਜ਼ ਅਸੀਂ ਖਾ ਰਹੇ ਹਾਂ ਉਹ ਸਾਡੇ ਲਈ ਕਿਸ ਤਰ੍ਹਾਂ ਜਿਸ ਤਰ੍ਹਾਂ ਅੱਜ ਦੇ ਟਾਈਮ 'ਚ ਹਰੀਆਂ ਸਬਜ਼ੀਆਂ ਅਤੇ ਫਲ ਅਸੀਂ ਆਮ ਹੀ ਕਹਿੰਦੇ ਹਾਂ ਕਿ ਸਾਨੂੰ ਖਾਣੀਆਂ ਚਾਹੀਦੀਆਂ ਜੇਕਰ ਪਾਲਕ ਜਿਸ ਤਰ੍ਹਾਂ ਪਾਲਕ ਦੇ ਪੱਤਿਆਂ ਦੀ ਗੱਲ ਕਰੀਏ ਅੱਖਾਂ ਦੀ ਰੋਸ਼ਨੀ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਰਹਿੰਦੀ ਹੈ ਬਾਕੀ ਹੋਰ ਸਲਾਦ ਸਾਨੂੰ ਸਾਡੇ ਖਾਣੇ ਦੇ ਵਿੱਚ ਐਡ ਕਰਨੇ ਚਾਹੀਦੇ ਹੈ ਫਲ ਸਬਜ਼ੀਆਂ ਖਾਣੀਆਂ ਚਾਹੀਦੀਆਂ ਔਰ ਇਸ ਦੇ ਨਾਲ ਨਾਲ ਇੱਕ ਚੀਜ਼ ਹੋਰ ਹੈ ਕਿ ਕਈ ਵਾਰ ਕੀ ਹੁੰਦਾ ਸਾਨੂੰ ਅੱਖਾਂ ਕੋਈ ਵੀ ਚੀਜ਼ ਸਾਨੂੰ ਡਬਲ ਵਿਜ਼ਨ ਜਾਂ ਆਉਣ ਲੱਗ ਜਾਂਦਾ ਅੱਖਾਂ 'ਚ ਧੁੰਦਲਾ ਵੀ ਦਿਸਣ ਲੱਗ ਜਾਂਦਾ ਅਸੀਂ ਉਸ ਚੀਜ਼ ਨੂੰ ਆਣਗੋਲਿਆ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਉੱਦਾਂ ਹੀ ਹੈ ਪਰ ਜਦੋਂ ਵੀ ਕਿਤੇ ਇਸ ਤਰ੍ਹਾਂ ਦੇ ਲੱਛਣ ਸਾਨੂੰ ਸਾਡੇ ਅੱਖਾਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਤਾਂ ਸਾਨੂੰ ਤੁਰੰਤ ਡਾਕਟਰ ਕੋਲੋਂ ਇਹ ਦਿਖਾਉਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਦੇ ਟਾਈਮ 'ਚ ਵਾਤਾਵਰਨ ਇਸ ਤਰ੍ਹਾਂ ਦਾ ਹੋ ਚੁੱਕਿਆ ਹੈ ਪ੍ਰਦੂਸ਼ਣ ਬਹੁਤ ਹੋ ਚੁੱਕਿਆ ਟ੍ਰੈਫਿਕ ਦਾ ਕਰਕੇ ਪ੍ਰਦੂਸ਼ਣ ਜ਼ਿਆਦਾ ਹੋ ਚੁੱਕਿਆ ਔਰ ਅਸੀਂ ਜਿੰਨਾ ਬਚਾ ਕਰ ਸਕੀਏ ਓਨਾ ਸਾਨੂੰ ਕਰਨਾ ਚਾਹੀਦਾ ਧੁੱਪ ਤੋਂ ਨਜ਼ਰਾਂ ਨੂੰ ਬਚਾਉਣ ਦੇ ਵਾਸਤੇ ਵੈਸੇ ਬਹੁਤ ਘੱਟ ਲੋਕ ਆ ਜਿਹੜੇ ਯੂਜ਼ ਕਰਦੇ ਆ ਪਰ ਸਨਗਲਾਸਿਸ ਆ ਜਿਹੜੇ ਉਹ ਜ਼ਰੂਰ ਯੂਜ਼ ਕਰਨੇ ਚਾਹੀਦੇ ਆ ਜੇ ਧੁੱਪ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਐਨਕ ਆ ਜਿਹੜੀ ਉਹ ਮਤਲਬ ਲਾ ਕੇ ਜਾਣੀ ਚਾਹੀਦੀ ਹੈ ਕਾਲੇ ਰੰਗ ਦੀ ਐਨਕ ਆ ਜਿਹੜੀ ਲਾ ਕੇ ਜਾਣੀ ਚਾਹੀਦੀ ਹੈ ਐਨਕ ਦਾ ਜਿਹੜਾ ਇਸਤੇਮਾਲ ਹੈ ਸਾਨੂੰ ਲਗਾਤਾਰ ਕਰਨਾ ਚਾਹੀਦਾ ਕਿਉਂਕਿ ਧੁੱਪ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਅੱਜ ਕੱਲ੍ਹ ਜੋ ਹੈ ਜਿਹੜੀ ਤਪਸ਼ ਹੈ ਸੂਰਜ ਦੀ ਉਹ ਬਹੁਤ ਜ਼ਿਆਦਾ ਹੈ ਜਿਸ ਹਿਸਾਬ ਦਾ ਮੌਸਮ ਹੋਇਆ ਪਿਆ ਗਰਮੀ ਦਾ ਮੌਸਮ ਹੈ 3-4 ਮਹੀਨੇ ਜਿਹੜਾ ਲਗਾਤਾਰ ਇਹ ਗਰਮੀ ਦਾ ਮੌਸਮ ਚੱਲਣਾ ਤਾਂ ਜਿਹੜੀ ਸੂਰਜ ਦੀ ਤਪਸ਼ ਹੈ ਉਹਦੀਆਂ ਕਿਰਨਾਂ ਕਿਤੇ ਨਾ ਕਿਤੇ ਸਾਨੂੰ ਬਹੁਤ ਇਫੈਕਟ ਕਰਦੀਆਂ ਪਰ ਜੇ ਜਿਹੜੀ ਇੱਕ ਗੱਲ ਹੋਰ ਵੀ ਹੈ ਮਨਦੀਪ ਜਦੋਂ ਸਵੇਰੇ ਬਹੁਤ ਸਾਰੇ ਲੋਕ ਹੈ ਜਿਹੜੇ ਸਵੇਰੇ ਸਵੇਰੇ ਕਸਰਤ ਕਰਨ ਨਿਕਲਦੇ ਆ ਹੈ ਨਾ ਜਿਹੜੀਆਂ
ਚੜ੍ਹਦੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਉਹ ਸਾਡੇ ਵਾਸਤੇ ਬਹੁਤ ਲਾਹੇਵੰਦ ਹੁੰਦੀਆਂ, ਕਿਉਂਕਿ ਉਹਨਾਂ ਨੂੰ ਸਾਨੂੰ ਜ਼ਰੂਰ ਉਹਨਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਕਿ ਚੜ੍ਹਦੇ ਸੂਰਜ ਦੀਆਂ ਜਿਹੜੀਆਂ ਨਿੰਮੀਆਂ ਨਿੰਮੀਆਂ ਕਿਰਨਾਂ ਹੁੰਦੀਆਂ ਉਹਨਾਂ ਨੂੰ ਸਾਨੂੰ ਅੱਖਾਂ ਬੰਦ ਕਰਕੇ ਉਹਨਾਂ ਨੂੰ ਮਹਿਸੂਸ ਕਰਨਾ ਚਾਹੀਦਾ, ਉਸ ਤਪਸ਼ ਨੂੰ ਜੋ ਹੈ ਮਹਿਸੂਸ ਕਰਨਾ ਚਾਹੀਦਾ। ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਬਹੁਤ ਜਿਹੜਾ ਫਾਇਦਾ ਹੋ ਸਕਦਾ ਹੁੰਦਾ ਹੈ। ਨਾਲ ਦੀ ਨਾਲ ਜਿਹੜੇ ਬੱਚੇ ਅੱਜ ਕੱਲ੍ਹ ਟੀ ਵੀ ਬਹੁਤ ਦੇਖਦੇ ਹੈ, ਗੇਮਾਂ ਬਹੁਤ ਖੇਡਦੇ ਆ, ਹੈ ਨਾ, ਮੋਬਾਈਲ 'ਤੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ, ਤਾਂ ਟੀ ਵੀ ਦਾ ਬਹੁਤ ਵੱਡਾ ਇਫੈਕਟ ਹੈ। ਬੱਚੇ ਆਪਣਾ ਹੋਮਵਰਕ ਖਤਮ ਕਰਕੇ ਪਹਿਲਾਂ ਉੱਧਰ ਘੱਟ ਰੋਸ਼ਨੀ ਦੇ ਵਿੱਚ ਉਹਨਾਂ ਨੇ ਆਪਣੀ ਨਜ਼ਰ ਦਾ ਇਸਤੇਮਾਲ ਕੀਤਾ ਹੈ ਬਹੁਤ ਲਗਾਤਾਰ, ਔਰ ਉਸ ਤੋਂ ਬਾਅਦ ਜਿਹੜਾ ਬੱਚਾ ਨਾਲ ਦੀ ਨਾਲ ਆ ਕੇ ਟੀ ਵੀ ਦੇਖਦਾ, ਜਿਹੜੀਆਂ ਪਹਿਲਾਂ ਗਲੀਆਂ ਦੇ ਵਿੱਚ ਖੇਡਾਂ ਹੁੰਦੀਆਂ ਸੀ ਬੱਚੇ ਉਹਨਾਂ ਨੂੰ ਹੁਣ ਅਡੋਪਟ ਨਹੀਂ ਕਰ ਰਹੇ, ਉਹ ਅੱਜ ਕੱਲ੍ਹ ਟੀ ਵੀ ਦੇ ਮੂਹਰੇ ਬੈਠ ਕੇ ਬਹੁਤ ਤਰ੍ਹਾਂ ਦੇ ਕਾਰਟੂਨ ਚੱਲਦੇ ਆ ਉਹਨਾਂ ਨੂੰ ਦੇਖਦੇ ਆ, ਉਹਦੇ ਨਾਲ ਵੀ ਕਿਤੇ ਨਾ ਕਿਤੇ ਜੋ ਬਹੁਤ ਫਰਕ ਪੈਂਦਾ ਹੈ। ਖਾਸ ਕਰਕੇ ਬੱਚਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਦੋ ਫੈਕਟ ਆ ਜਿਹੜੇ ਬੱਚਿਆਂ 'ਤੇ ਜ਼ਿਆਦਾ ਹਾਵੀ ਹੋ ਜਾਂਦੇ ਆ, ਸਾਨੂੰ ਇਹਨਾਂ ਦਾ ਜਿਹੜਾ ਖਾਸ ਖਿਆਲ ਰੱਖਣਾ ਚਾਹੀਦਾ। ਬਿਲਕੁਲ, ਔਰ ਇੱਥੇ ਦੇਖਿਆ ਜਾਵੇ ਕੰਟੈਕਟ ਲੈਂਜ ਜਿਹੜੇ ਅਸੀਂ ਅੱਖਾਂ ਦੇ ਵਿੱਚ ਅੱਖਾਂ ਲਈ ਵਰਤਦੇ ਹਾਂ, ਕੰਟੈਕਟ ਲੈਂਸ ਕਈ ਵਾਰ ਸ਼ੌਕ ਵਜੋਂ ਵੀ ਬਹੁਤ ਲੋਕ ਕਲਰਫੁੱਲ ਕੰਟੈਕਟ ਲੈਂਸ ਵਰਤਦੇ ਆ, ਉਹਨਾਂ ਨੂੰ ਖਾਸ ਤੌਰ 'ਤੇ ਧਿਆਨ ਨਾਲ ਵਰਤਣਾ ਚਾਹੀਦਾ, ਕਿਉਂਕਿ ਅੱਖਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕਣ ਨਹੀਂ ਜਾਣਾ ਚਾਹੀਦਾ। ਜਿਸ ਤਰ੍ਹਾਂ ਡਾਕਟਰ ਨੇ ਤੁਹਾਨੂੰ ਐਡਵਾਈਸ ਦਿੱਤੀ ਹੈ, ਜਿਸ ਤਰ੍ਹਾਂ ਉਹਨਾਂ ਨੇ ਯੂਜ਼ ਕਰਨ ਦਾ ਸ਼ਡਿਊਲ ਤੁਹਾਨੂੰ ਦੱਸਿਆ, ਉਸੇ ਤਰ੍ਹਾਂ ਹੀ ਉਹਨਾਂ ਨੂੰ ਵਰਤਣਾ ਚਾਹੀਦਾ, ਸਾਫ਼ ਹੱਥ ਕਰਕੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਵਰਤਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਵੇਰੇ ਸੂਰਜ ਦੀਆਂ ਕਿਰਨਾਂ, ਸਵੇਰੇ ਨੰਗੇ ਪੈਰੀ ਜੇਕਰ ਆਪਾਂ ਘਾਹ ਦੇ ਉੱਪਰ ਵਾਕ ਕਰੀਏ ਤਾਂ ਉਹ ਉਸ ਤੋਂ ਵੀ ਜ਼ਿਆਦਾ ਵਧੀਆ ਹੈਗਾ, ਕਿਉਂਕਿ ਸੂਰਜ ਦੀਆਂ ਕਿਰਨਾਂ ਦੇ ਨਾਲ ਨਾਲ ਸਾਡੇ ਪੈਰਾਂ ਤੋਂ ਜਿਹੜੀ ਸਾਡੀ ਪੋਜ਼ਿਟਿਵ ਐਨਰਜੀ ਸਵੇਰੇ ਸਵੇਰੇ ਜੋ ਸਾਡੇ ਜਾਂਦੀ ਹੈ ਉਹ ਬਹੁਤ ਵਧੀਆ ਰਹਿੰਦੀ ਹੈ। ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਅੱਜ ਅੱਖਾਂ ਦੀ ਦੇਖਭਾਲ ਨੂੰ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਕੀ ਅਸੀਂ ਟਿਪਸ ਜਿਹੜੇ ਵਰਤ ਸਕਦੇ ਹਾਂ, ਅੱਖਾਂ ਦੀ ਸੰਭਾਲ ਕਰ ਸਕਦੇ ਹਾਂ, ਕਿਹੜੀ ਸਾਨੂੰ ਡਾਇਟ ਲੈਣੀ ਚਾਹੀਦੀ ਹੈ, ਜੋ ਸਾਡੇ ਜਹਨ ਦੇ ਵਿੱਚ ਅਸੀਂ ਗੱਲਾਂ ਅਸੀਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਔਰ ਇਸ ਤੋਂ ਬਾਅਦ ਵਿਜਨ ਸਵੇਰਾ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ ਵੱਧਦੇ ਹਾਂ। ਜਿਸ ਤਰ੍ਹਾਂ ਅਸੀਂ ਹਰ ਵਾਰ ਲੈ ਕੇ ਆਉਂਦੇ ਇੱਕ ਨਵਾਂ ਵਿਸ਼ਾ, ਅੱਜ ਵੀ ਇੱਕ ਨਵਾਂ ਵਿਸ਼ਾ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਸੋ ਚੱਲਦੇ ਹਾਂ ਜੀ ਅਗਲੇ ਪੜਾਅ 'ਤੇ। ਮੁੜ ਤੋਂ ਸਵਾਗਤ ਕਰਦੇ ਹਾਂ ਵਿਜਨ ਸਵੇਰਾ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ, ਹੱਸਦੇ ਮੁਸਕਰਾਉਂਦੇ ਚਿਹਰਿਆਂ ਦੇ ਨਾਲ ਜਿਸ ਤਰ੍ਹਾਂ ਸੱਜਰੀ ਸਵੇਰ ਦੀ ਸ਼ੁਰੂਆਤ ਹੋ ਜਾਂਦੀ ਹੈ। ਅੱਜ ਜਿਹੜਾ ਵਿਸ਼ਾ ਅਸੀਂ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆਏ ਹਾਂ, ਸਾਡੀ ਆਮ ਜ਼ਿੰਦਗੀ ਦੇ ਨਾਲ ਜੁੜੇ ਵਿਸ਼ੇ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਸਾਹਮਣੇ ਲੈ ਕੇ ਆਈਏ, ਬਹੁਤ ਕੁਝ ਹਾਸਲ ਹੁੰਦਾ, ਕਿਉਂਕਿ ਜਦੋਂ ਅਸੀਂ ਆਪਣੀਆਂ ਉਹ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੱਜ ਦਾ ਵਿਸ਼ਾ ਸਾਡਾ ਰਿਸ਼ਤਿਆਂ 'ਤੇ ਹੋਵੇਗਾ। ਰਿਸ਼ਤਿਆਂ ਦੀ ਜੇਕਰ ਅੱਜ ਦੇ ਸਮੇਂ 'ਚ ਗੱਲ ਕਰੀਏ, ਆਪਣੀ ਜਿਹੜੀ ਆਪਸੀ ਮਿਠਾਸ ਅਤੇ ਆਪਣਤ ਜਿਹੜੀ ਘੱਟਦੀ ਜਾ ਰਹੀ ਹੈ, ਰਵੀ ਜੀ ਅੱਜ ਸਾਡੇ ਦਰਸ਼ਕਾਂ ਨਾਲ ਇਸੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ। ਬਿਲਕੁਲ, ਬਹੁਤ ਬਹੁਤ ਜਿਹੜਾ ਜ਼ਰੂਰੀ ਵਿਸ਼ਾ ਸੀ ਮਨਦੀਪ ਲੈ ਕੇ ਆਏ ਹੋ ਤੁਸੀਂ, ਬਹੁਤ ਅਹਿਮੀਅਤ ਹੁੰਦੀ ਆ ਰਿਸ਼ਤਿਆਂ ਦੀ, ਪਰ ਇਹਨਾਂ ਰਿਸ਼ਤਿਆਂ ਨੂੰ ਕਿਤੇ ਨਾ ਕਿਤੇ ਹੁਣ ਅਸੀਂ ਜੋ ਹੈ ਆਪਾਂ ਵੈਸੇ ਵੀ ਸੁਣਦੇ ਹਾਂ ਕਿ ਲਹੂ ਦਾ ਰੰਗ ਆ ਜਿਹੜਾ ਉਹ ਚਿੱਟਾ ਹੋ ਚੱਲਿਆ ਇਹ ਬਹੁਤ ਜ਼ਰੂਰੀ ਵਿਸ਼ਾ ਹੈ, ਔਰ ਦਰਸ਼ਕਾਂ ਨਾਲ ਸਾਂਝਾ ਕਰਨਾ ਬਣਦਾ ਵੀ ਹੈ। ਬੇਸ਼ੱਕ ਸਾਡੀਆਂ ਉਮਰਾਂ ਘੱਟ ਹੋਣ, ਪਰ ਇਹ ਜੋ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਜੋ ਕੁਝ ਚੱਲ ਰਿਹਾ ਉਹ ਕਿਤੇ ਨਾ ਕਿਤੇ ਸਾਨੂੰ ਫਿਕਰਮੰਦ ਜ਼ਰੂਰ ਕਰਦਾ ਹੈ ਕਿ ਜਿਸ ਤਰ੍ਹਾਂ ਭਾਈ 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 ਨਾਲ ਇੱਕ ਬਹੁਤ ਛੋਟੀਆਂ ਗੱਲਾਂ 'ਤੇ ਲੜਾਈਆਂ ਵੱਢ ਲੈਂਦੇ ਆ, ਕੋਈ ਜਾਇਦਾਦਾਂ ਪਿੱਛੇ ਆਪਣੇ ਪਿਤਾ ਦਾ ਕਤਲ ਕਰੀ ਜਾਂਦੇ ਆ, ਆਪਣੇ ਭਰਾ ਨਾਲ ਜੋ ਹੈ ਡਾਂਗਾਂ ਦੇ ਸੋਟੀਆਂ ਹੋਈ ਜਾਂਦੇ ਆ, ਤਾਂ ਬਹੁਤ ਇੱਕ ਸੋਚਣ ਵਾਲੀ ਜਿਹੜੀ ਇਹ ਵਿਸ਼ਾ ਹੋ ਜਾਂਦਾ ਹੈ ਕਿ ਜਿਹੜੀ ਮਿਠਾਸ ਆ ਰਿਸ਼ਤਿਆਂ ਦੀ ਉਹ ਬਿਲਕੁਲ ਖਤਮ ਹੀ ਹੁੰਦੀ ਜਾ ਰਹੀ ਹੈ, ਅਪਣੱਤ ਖਤਮ ਹੁੰਦੀ ਜਾ ਰਹੀ ਹੈ। ਤਾਂ ਇਸ 'ਤੇ ਗੱਲ ਕਰਨੀ ਬਿਲਕੁਲ ਦਰਸ਼ਕਾਂ ਨਾਲ ਬਣਦੀ ਹੈ ਕਿ ਜਿਹੜੇ ਰਿਸ਼ਤੇ ਹੈ ਇਹੀ ਇੱਕ ਹੁੰਦੇ ਹੈ ਜਿਹੜੇ ਸਾਨੂੰ ਇਸ ਸਮਾਜ ਦੇ ਵਿੱਚ ਦੁਨੀਆਂ ਦੇ ਵਿੱਚ ਜਿਉਂਦਾ ਰੱਖਦੇ ਹੈ। ਸਾਡੇ ਕਿਹੜੇ ਕਿਹੜੇ ਰਿਸ਼ਤੇ ਆ, ਸਾਨੂੰ ਕਿਹੜੇ ਕਿਹੜੇ ਰਿਸ਼ਤਿਆਂ ਨੂੰ ਸਾਂਭਣ ਦੀ ਲੋੜ ਹੁੰਦੀ ਹੈ, ਉਹਨਾਂ ਰਿਸ਼ਤਿਆਂ ਨੂੰ ਅੱਗੇ ਤੋਰਨ ਵਾਸਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ, ਇਸੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜੀ। ਜਿਸ ਤਰ੍ਹਾਂ ਇੱਕ ਟਾਈਮ ਮੇਰਾ ਖਿਆਲ ਅੱਜ ਦੇ ਟਾਈਮ 'ਚ ਜੇਕਰ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਗੱਲ ਵੀ ਆਉਂਦੀ ਹੈ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਉੱਚਾ ਰਿਸ਼ਤਾ ਹੁੰਦਾ, ਪਰ ਅੱਜ ਦੇ ਟਾਈਮ 'ਚ ਜਦੋਂ ਅਸੀਂ ਅਖਬਾਰਾਂ ਦੇ ਵਿੱਚ ਖਬਰਾਂ ਦੇਖਦੇ ਹਾਂ, ਸਵੇਰ ਦੀਆਂ ਸੁਰਖੀਆਂ ਦੇ ਵਿੱਚ ਇਹ ਲਿਖਿਆ ਗਿਆ ਹੁੰਦਾ ਕਿ ਇੱਕ ਮਾਂ ਨੇ ਆਪਣੇ ਬੱਚੇ ਨੂੰ, ਇੱਕ ਨੰਨੇ ਜਿਹੇ ਬੱਚੇ ਨੂੰ ਕਤਲ ਕਰ ਦਿੱਤਾ ਕਿਸੇ ਨਾ ਕਿਸੇ ਕਾਰਨ ਕਰਕੇ, ਤਾਂ ਇੰਨਾ ਜ਼ਿਆਦਾ ਦੁੱਖ ਪਹੁੰਚਦਾ ਦਿਲ ਨੂੰ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਇੰਨਾ ਜ਼ਿਆਦਾ ਪਵਿੱਤਰ ਰਿਸ਼ਤਾ ਸੀ, ਇੱਕ ਮਾਂ ਆਪਣੇ ਬੱਚੇ ਦੀ ਥੋੜ੍ਹੀ ਜਿਹੀ ਤਕਲੀਫ ਨਹੀਂ ਝੱਲ ਸਕਦੀ, ਅਤੇ ਅੱਜ ਦੇ ਟਾਈਮ ਦੇ ਵਿੱਚ ਇੱਕ ਮਾਂ ਦਾ ਐਡਾ ਜ਼ਿਗਰਾ ਕਿ ਆਪਣੇ ਬੱਚੇ ਦਾ ਕਤਲ ਕਰ ਸਕਦੀ ਹੈ। ਦੂਸਰੇ ਪਾਸੇ ਅਸੀਂ ਟੀਵੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦੇਖਦੇ ਹਾਂ, ਭੈਣ ਭਾਈ ਦੇ ਰਿਸ਼ਤਿਆਂ 'ਤੇ ਕਈ ਵਾਰ ਕਲੰਕ ਵਾਲੀਆਂ ਗੱਲਾਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਕਿ ਸ਼ਰਮਸਾਰ ਹੋ ਜਾਂਦੇ ਹਾਂ ਅਸੀਂ ਉਹਨਾਂ ਚੀਜ਼ਾਂ ਨੂੰ ਸੁਣ ਕੇ। ਔਰ ਮਾਂ ਬਾਪ ਦੀ ਜੇਕਰ ਗੱਲ ਕਰੀਏ ਤਾਂ ਬੱਚੇ ਆਪਣੇ ਮਾਂ ਬਾਪ ਨੂੰ ਕਤਲ ਕਰ ਦਿੰਦੇ ਆ,
ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀ, ਕਿਉਂਕਿ ਤੁਸੀਂ ਪਹਿਲਾਂ ਹੀ ਬਹੁਤ ਕੁਝ ਸਾਡੇ ਤੋਂ ਜ਼ਿਆਦਾ ਜਾਣਦੇ ਹੋ, ਪਰ ਇਹਨਾਂ 'ਚ ਇਹ ਸਾਨੂੰ ਚਿੰਤਾ ਦੇ ਵਿੱਚ ਪਾਉਂਦੇ ਆ, ਅਜਿਹੇ ਵਿਸ਼ੇ ਅਜਿਹੀਆਂ ਗੱਲਾਂ ਸਾਨੂੰ ਚਿੰਤਾ ਦੇ ਵਿੱਚ ਪਾਉਂਦੀਆਂ ਨੇ। ਇੱਕ ਟਾਈਮ ਹੁੰਦਾ ਸੀ ਰਿਸ਼ਤੇ ਹੁੰਦੇ ਸੀ ਕਿ ਅਸੀਂ ਭੈਣ ਭਾਈ ਦੀ ਮਾਂ ਬਾਪ ਦੀ ਕੋਈ ਤਕਲੀਫ, ਹਲਕੀ ਜਿਹੀ ਤਕਲੀਫ ਨਹੀਂ ਸੀ ਅਸੀਂ ਝੱਲ ਸਕਦੇ ਹੁੰਦੇ, ਔਰ ਜਿੱਥੇ ਸਾਨੂੰ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੁੰਦੀ ਸੀ ਅਸੀਂ ਉਸ ਤੋਂ ਪਹਿਲਾਂ ਹਾਜ਼ਰ ਹੁੰਦੇ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਸਵਾਰਥੀ ਹੋ ਚੁੱਕੇ ਹਾਂ, ਅਸੀਂ ਭੈਣ ਭਾਈ ਇੱਕ ਦੂਸਰੇ ਦੇ ਜੇਕਰ ਕੰਮ ਆਉਂਦੇ ਤਾਂ ਉਹ ਬਿਨਾਂ ਸਵਾਰਥ ਤੋਂ ਕੰਮ ਨਹੀਂ ਕੋਈ ਵੀ, ਤਾਂ ਠੀਕ ਆ ਸਾਡੇ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਸਵਾਰਥ ਭਾਰੂ ਹੋ ਚੁੱਕਿਆ। ਅਸੀਂ ਇੱਕ ਦੂਸਰੇ ਦੇ ਪਰਿਵਾਰ ਦੇ ਵਿੱਚ ਵੀ ਜੇਕਰ ਕੰਮ ਕਰਦੇ ਤਾਂ ਉਹ ਵੀ ਸਵਾਰਥੀ ਹੋ ਕੇ ਕਰਦੇ ਹਾਂ, ਇਸੇ ਸਵਾਰਥ ਕਰਕੇ ਅੱਜ ਸਾਡੇ ਰਿਸ਼ਤਿਆਂ ਦੇ ਵਿੱਚ ਆਪਣਤ ਖਤਮ ਹੋ ਚੁੱਕੀ ਹੈ। ਬਾਕੀ ਤੁਹਾਡੀ ਗੱਲ ਸਹੀ ਹੈ ਕਿ ਖੂਨ ਅੱਜ ਦੇ ਟਾਈਮ ਦੇ ਵਿੱਚ ਚਿੱਟਾ ਹੋ ਚੁੱਕਿਆ, ਖੂਨ ਖੂਨ ਨਹੀਂ ਰਿਹਾ। ਪਰ ਕਈ ਵਾਰ ਦੇਖਿਆ ਰਵੀ ਜੀ ਕਿ ਆਪਣੇ ਰਿਸ਼ਤੇ ਉਨੇ ਕੰਮ ਨਹੀਂ ਆਉਂਦੇ ਮੁਸ਼ਕਲ ਸਮੇਂ ਦੇ ਵਿੱਚ, ਜਿੰਨੇ ਕਿ ਉਹ ਰਿਸ਼ਤੇ ਕੰਮ ਆ ਜਾਂਦੇ ਜਿਹੜੇ ਕਿ ਖੂਨ ਦੇ ਨਹੀਂ ਹੁੰਦੇ। ਬਿਲਕੁਲ, ਇਹੀ ਤਾਂ ਮਨਦੀਪ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਕਲਯੁੱਗ ਆ ਨਾ, ਕਲਯੁੱਗ ਐਂ ਲੱਗ ਰਿਹਾ ਕਿ ਹਰ ਇੱਕ ਇਨਸਾਨ ਤੇ ਇੰਨਾ ਭਾਰੂ ਹੋ ਗਿਆ ਕਿ ਉਹਨੇ ਰਿਸ਼ਤਿਆਂ ਨੂੰ ਵੀ ਭੁਲਾਤਾ। ਸਾਡੇ ਦਿਮਾਗ ਤੇ ਇਸ ਤਰ੍ਹਾਂ ਹਾਵੀ ਹੋਇਆ ਪਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਭੈਣ ਕੌਣ ਆ ਤੇ ਉਹ ਭਾਈ ਕੌਣ ਆ। ਅਸੀਂ ਮਤਲਬ ਇੰਨੇ ਖੁਦਗਰਜ਼ ਹੋ ਗਏ ਆ ਅੱਜ ਕੱਲ੍ਹ ਕਿ ਸਾਨੂੰ ਦੇਖੋ, ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਜੇ ਸਾਡੇ ਦਾਦਿਆਂ ਪੜਦਾਦਿਆਂ ਚੋਂ ਵੀ ਕਿਸੇ ਨਾ ਕਿਸੇ ਦੀ ਗਾਂਹ ਕੋਈ ਰਿਸ਼ਤੇਦਾਰੀ ਨਿਕਲ ਆਉਂਦੀ ਸੀ ਤਾਂ ਅਸੀਂ ਉਹਨੂੰ ਭਰਾ ਬਣਾ ਲੈਂਦੇ ਸੀ, ਅਸੀਂ ਉਹਨੂੰ ਭੈਣ ਬਣਾ ਲੈਂਦੇ ਸੀ। ਪਰ ਅੱਜ ਕੱਲ੍ਹ ਜਿਹੜਾ ਮਾਹੌਲ ਚੱਲ ਰਿਹਾ ਹੈ, ਸਿਰਫ ਆਪਣੀ ਸਕੀ ਭੈਣ ਨੂੰ ਅਸੀਂ ਭੈਣ ਮੰਨ ਸਕਦੇ ਹਾਂ, ਉਸ ਤੋਂ ਬਾਅਦ ਜੋ ਆਪਾਂ ਸਮਾਜ ਦੇ ਵਿੱਚ ਚੱਲ ਰਿਹਾ ਉਸ ਤੋਂ ਸਾਡੇ ਦਰਸ਼ਕ ਵੀ ਭਲੀ ਭਾਂਤ ਜਾਣਦੇ ਆ ਕਿ ਕਿਤੇ ਨਾ ਕਿਤੇ ਜਿਹੜੇ ਰਿਸ਼ਤੇ ਆ ਇਹ ਅਸੀਂ ਕਿੰਨੀ ਰਫਤਾਰ ਦੇ ਨਾਲ ਖਤਮ ਕਰ ਰਹੇ ਹਾਂ। ਇਹ ਸਭ ਕੁਝ ਸਮਾਜ ਦੇ ਵਿੱਚ ਚੱਲ ਕੀ ਰਿਹਾ, ਇਹਨਾਂ ਨੂੰ ਅਸੀਂ ਸੰਭਾਲਣਾ ਕਿਵੇਂ ਆ, ਇਹ ਇਸ ਚੀਜ਼ ਨੂੰ ਮੋੜ ਕਿਵੇਂ ਪਾਸ ਪਾਇਆ ਜਾ ਸਕਦਾ ਹੈ, ਇਹ ਇਸ ਚੀਜ਼ ਤੇ ਜੋ ਹੈ ਕੰਮ ਕਰਨ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਇਹਨਾਂ ਰਿਸ਼ਤਿਆਂ ਨੂੰ ਸੰਭਾਲ ਕੇ ਰੱਖੀਏ, ਇਹਨਾਂ ਰਿਸ਼ਤਿਆਂ ਦੀ ਬਦੌਲਤ ਹੀ ਅਸੀਂ ਜੋ ਹੈ ਅਸੀਂ ਜਿਉਂਦੇ ਰਹਿ ਸਕਦੇ ਹਾਂ। ਬਿਲਕੁਲ, ਜੇਕਰ ਗੱਲ ਕਰੀਏ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਆ, ਅਸੀਂ ਮਤਲਬ ਇਹ ਉਮੀਦ ਤਾਂ ਮੇਰਾ ਖਿਆਲ ਬਹੁਤ ਪਿੱਛੇ ਰਹਿ ਗਈ ਹੈ ਕਿ ਸਾਡੇ ਬਜ਼ੁਰਗਾਂ ਦੀ ਅਸੀਂ ਇੱਜ਼ਤ ਕਰੀਏ ਉਹਨਾਂ ਦੀ, ਕਿਉਂਕਿ ਬਜ਼ੁਰਗ ਜਿਹੜੇ ਜਦੋਂ ਏਜ਼ ਜ਼ਿਆਦਾ ਹੋ ਜਾਂਦੀ ਹੈ, ਉਮਰ ਜ਼ਿਆਦਾ ਹੋ ਜਾਂਦੀ ਹੈ, ਤਾਂ ਉਹ ਬੱਚਿਆਂ ਵਰਗੇ ਹੋ ਜਾਂਦੇ, ਉਹਨਾਂ ਲਈ ਅਸੀਂ ਟਾਈਮ ਨਹੀਂ ਕੱਢਦੇ, ਹੈ ਨਾ, ਉਹਨਾਂ ਦੇ ਬਾਰੇ ਸੋਚਣਾ। ਤਾਂ ਕਿਉਂਕਿ ਮਾਂ ਬਾਪ ਦੀ ਹੀ ਅਸੀਂ ਦੇਖਿਆ ਕਿ ਬੱਚਿਆਂ ਦੇ ਮਨ ਦੇ ਵਿੱਚ ਇੱਜ਼ਤ ਨਹੀਂ ਰਹੀ, ਮਾਂ ਬਾਪ ਨੂੰ ਹੀ ਬੱਚੇ ਇਗਨੋਰ ਕਰ ਰਹੇ ਆ। ਤੁਹਾਡੀ ਗੱਲ ਨੂੰ ਮੈਂ ਇੱਥੇ ਰੋਕਣਾ ਚਾਹੂੰਗਾ, ਬਿਲਕੁਲ ਤੁਸੀਂ ਬਹੁਤ ਮਤਲਬ ਜ਼ਰੂਰੀ ਇਹ ਗੱਲ ਕੀਤੀ ਹੈ ਕਿ ਅਸੀਂ ਆਮ ਹੀ ਦੇਖਦੇ ਹਾਂ ਕਿ ਜਿਹੜਾ ਮਾਂ ਬਾਪ ਸਾਨੂੰ ਆਪਣੇ ਹੱਥੀਂ ਰੋਟੀ ਜੋ ਹੈ ਖਾਣਾ ਖਵਾ ਕੇ ਸਾਨੂੰ ਵੱਡੇ ਕਰਦਾ ਹੈ, ਅਸੀਂ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਸਾਡੇ ਵਿਆਹ ਹੋ ਜਾਂਦੇ ਆ, ਅਸੀਂ ਅਗਲੀ ਲਾਈਫ ਦੇ ਵਿੱਚ ਚਲੇ ਜਾਂਦੇ ਹਾਂ, ਜਿਹੜੇ ਮਾਪੇ ਆ ਸਾਡੇ ਉਹ ਬਜ਼ੁਰਗ ਹੁੰਦੇ ਜਾਂਦੇ ਆ, ਤਾਂ ਅਸੀਂ ਉਹਨਾਂ ਦੇ ਕੱਪੜੇ ਨੇ ਜੋ ਔਰ ਉਹਨਾਂ ਦੇ ਭਾਂਡੇ ਨੇ, ਉਹਨਾਂ ਦੇ ਜੋ ਵੀ ਉਹ ਸਾਜੋ ਸਮਾਨ ਜਿਹੜਾ ਵਰਤਦੇ ਨੇ, ਅਸੀਂ ਉਹਨੂੰ ਵੱਖਰਾ ਰੱਖਣਾ ਸ਼ੁਰੂ ਕਰ ਦਿੰਦੇ ਹਾਂ। ਇਹ ਦੇਖੋ ਕਿੰਨਾ ਇੱਕ ਕਲਯੁੱਗ ਨੇ ਸਾਨੂੰ ਕਿੰਨੇ ਪਾਗਲ ਕਰਤਾ ਹੈ ਇਸ ਵੇਲੇ, ਕਿ ਜਿਹੜੇ ਸਾਡੇ ਮਾਪੇ ਜਿਹੜੇ ਸਾਡੇ ਤੋਂ ਇੱਕ ਚੀਜ਼ ਨਹੀਂ ਲੁਕੋ ਕੇ ਰੱਖਦੇ ਸੀ, ਅਸੀਂ ਉਹਨਾਂ ਦੀਆਂ ਜੋ ਅਸੀਂ ਲੱਭਦੇ ਰਹਿੰਦੇ ਸੀ ਕਿ ਸਾਡੀ ਮਾਂ ਆਊਗੀ ਸਾਨੂੰ ਇਹ ਚੀਜ਼ ਦੇਊਗੀ, ਪਿਓ ਆਊਗਾ ਸਾਡਾ ਇਹ ਚੀਜ਼ ਦੇਊਗਾ ਸਾਨੂੰ, ਤਾਂ ਜਿਹੜੇ ਅੱਜ ਕੱਲ੍ਹ ਦੇ ਹਾਲਾਤ ਚੱਲੀ ਜਾਂਦੇ ਆ, ਤਾਂ ਉਹਨਾਂ ਨੂੰ ਆਪਾਂ ਬੜੇ ਦੇਖਦੇ ਹਾਂ ਕਿ ਆਪਾਂ ਕੋਠੀਆਂ ਪਾ ਲੈਂਦੇ ਹਾਂ ਬਹੁਤ ਵੱਡੀਆਂ ਵੱਡੀਆਂ, ਆਪਣੇ ਬੱਚਿਆਂ ਨੂੰ ਤਾਂ ਅਸੀਂ ਬੜੀ ਸ਼ਾਨੋ ਸ਼ੌਕਤ ਦੇ ਦਿੰਦੇ ਹਾਂ, ਸਭ ਸਹੂਲਤਾਂ ਦੇ ਦਿੰਦੇ ਹਾਂ, ਪਰ ਜਿਹੜੇ ਸਾਡੇ ਮਾਪਿਆਂ ਨੇ ਸਾਨੂੰ ਉਹ ਸਭ ਕੁਝ ਕਰਨ ਦੇ ਲਈ ਪੈਦਾ ਕਰਤਾ, ਉਸ ਤੋਂ ਬਾਅਦ ਸਾਨੂੰ ਉਸ ਦੇ ਕਾਬਲ ਕਰਤਾ ਕਿ ਅਸੀਂ ਕੋਠੀਆਂ ਕਾਰਾਂ ਬਣਾ ਲਈਏ, ਤਾਂ ਉਹਨਾਂ ਨੂੰ ਇੱਕ ਜਿਹੜਾ ਛੋਟਾ ਜਿਹਾ ਕਮਰਾ ਅਸੀਂ ਇੱਕ ਬਾਹਰਲੇ ਪਾਸੇ ਦੇ ਦਿੰਦੇ ਹਾਂ ਕਿ ਚਲੋ ਤੁਸੀਂ ਆਪਦਾ ਉੱਥੇ ਰਹੋ। ਦੇਖੋ ਰਿਸ਼ਤਿਆਂ ਨੂੰ ਅਸੀਂ ਕਿਸ ਕਦਰ ਅਸੀਂ ਘਟਾ ਰਹੇ ਹਾਂ, ਕਿਸ ਕਦਰ ਅਸੀਂ ਖਤਮ ਕਰ ਰਹੇ ਹਾਂ। ਬਾਕੀ ਇੱਕ ਗੱਲ ਆਉਂਦੀ ਹੈ ਕਿ ਜਿਹੜੇ ਬਾਪੂ ਨੇ ਸਾਨੂੰ ਦੁਨੀਆ ਦਿਖਾਈ ਚੜਾ ਕੇ ਮੋਢੇ, ਅੱਜ ਸਾਡੇ ਕੋਲ ਟਾਈਮ ਲਈ ਨਹੀਂ ਉਹ ਕੁੱਟਣ ਲਈ ਉਸ ਦੇ ਗੋਡੇ, ਠੀਕ। ਇੱਥੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਅਸੀਂ ਉਹਨਾਂ ਦੇ ਬਰਤਨ ਕੱਪੜੇ ਅੱਡ ਰੱਖਣ ਲੱਗ ਜਾਂਦੇ ਹਾਂ, ਪਰ ਇੱਕ ਟਾਈਮ ਅਸੀਂ ਦੇਖੀਏ ਜਦੋਂ ਸਾਡੀ ਉਹਨਾਂ ਨੇ ਸਾਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਸੀ, ਸਾਨੂੰ ਬੋਲਣਾ ਸਿਖਾਇਆ ਸੀ, ਅਤੇ ਉਹ ਟਾਈਮ ਅਸੀਂ ਭੁੱਲ ਜਾਂਦੇ ਹਾਂ। ਇੱਕ ਟਾਈਮ ਸਾਡਾ ਵੀ ਫਰਜ਼ ਬਣਦਾ, ਕਿਉਂਕਿ ਮਾਂ ਬਾਪ ਨੇ ਸਾਨੂੰ ਸੰਭਾਲਿਆ, ਸਾਡਾ ਉਹ ਫਰਜ਼ ਬਣਦਾ, ਉਹ ਸਾਰਾ ਕੁਛ ਇਹ ਹੁੰਦਾ ਕਿ ਹਾਂ ਅਸੀਂ ਉਹਨਾਂ ਦਾ ਸਹਾਰਾ ਬਣੀਏ, ਪਰ ਅਸੀਂ ਕੀ ਕਰਦੇ ਹਾਂ, ਆਪਣੀ ਉਹ ਜ਼ਿੰਮੇਵਾਰੀ ਤੋਂ ਭੱਜ ਰਹੇ ਹੁੰਦੇ ਹਾਂ। ਅੱਜ ਦੇ ਟਾਈਮ ਦੇ ਵਿੱਚ ਦਿਮਾਗ ਦੇ ਵਿੱਚ ਸਾਡੇ ਦਿਮਾਗ 'ਤੇ ਕਿਤੇ ਨਾ ਕਿਤੇ ਪੈਸਾ ਭਰੂ ਹੋ ਗਿਆ ਗਾ, ਅਸੀਂ ਸਵਾਰਥ ਤੋਂ ਬਿਨਾਂ ਮਾਂ ਬਾਪ ਨਾਲ ਗੱਲ ਨਹੀਂ ਕਰਦੇ, ਸਵਾਰਥ ਤੋਂ ਬਿਨਾਂ ਦਾਦੇ ਪੜਦਾਦੇ ਦੀ ਤਾਂ ਗੱਲ ਗਈ ਦੂਰ, ਠੀਕ ਹੈ। ਅਸੀਂ ਤਾਂ ਸਾਡੇ ਮਾਂ ਬਾਪ ਨਾਲ ਵੀ ਸਵਾਰਥ ਤੋਂ ਬਿਨਾਂ ਗੱਲ ਨਹੀਂ ਕਰਦੇ, ਠੀਕ ਹੈ। ਜਦੋਂ ਵਿਆਹ ਹੋ ਜਾਂਦਾ, ਬੱਚੇ ਹੋ ਜਾਂਦੇ ਆ, ਅਸੀਂ ਕਹਿ ਦਿੰਦੇ ਸਾਡੀ ਕਬੀਲਦਾਰੀ, ਅਸੀਂ ਬਹੁਤ ਸਾਡਾ ਬਿਜ਼ੀ ਸ਼ਡਿਊਲ ਹੈ, ਇੱਥੋਂ ਤੱਕ ਕਿ ਉਹਨਾਂ ਨੂੰ ਵਿਰਧ ਆਸ਼ਰਮ 'ਚ ਛੱਡਣ ਲੱਗਿਆਂ ਸਾਨੂੰ ਰੱਤੀ ਪਰ ਸ਼ਰਮ ਨਹੀਂ ਆਉਂਦੀ। ਬਿਲਕੁਲ, ਇਹ ਜਿਹੜੇ
ਮਾਪਿਆਂ ਦੀ ਗੱਲ ਆਪਾਂ ਕਰ ਰਹੇ ਹਾਂ ਇਹਦੇ ਤੇ ਮਨਦੀਪ ਆਪਾਂ ਜਿੰਨਾ ਲੰਬਾ ਐਪੀਸੋਡ ਕਰ ਦਈਏ ਤਾਂ ਗੱਲਾਂ ਬਹੁਤ ਥੋੜੀਆਂ ਰਹਿ ਜਾਂਦੀਆਂ ਕਿਉਂਕਿ ਜੋ ਆਪਾਂ ਜਿੰਨਾ ਵਾਤਾਵਰਨ ਸਾਡੇ ਇਸ ਇਹ ਖਾਸ ਕਰਕੇ ਇਸ ਮੁੱਦੇ ਤੇ ਖਰਾਬ ਹੋਇਆ ਪਿਆ ਮੈਨੂੰ ਲੱਗਦਾ ਹੈ ਕਿ ਇਹਨੂੰ ਸੁਧਾਰਨ ਦੇ ਲਈ ਹੈ ਜਿਹੜੀ ਕਿਤੇ ਨਾ ਕਿਤੇ ਸਾਡੀ ਜਿਹੜੀ ਉੱਚ ਵਿੱਦਿਆ ਜਿਹਨੂੰ ਕਹਿ ਲਈਏ ਆਪਾਂ ਅਸੀਂ ਬਹੁਤ ਸਿਆਣੇ ਹੋ ਗਏ ਹਾਂ ਅਸੀਂ ਟੈਕਨੋਲੋਜੀ ਦੇ ਨਾਲ ਜੁੜਦੇ ਜਾਂਦੇ ਹਾਂ ਅਸੀਂ ਬਹੁਤ ਜ਼ਿਆਦਾ ਪੜ੍ਹਾਈਆਂ ਕਰਦੇ ਜਾਂਦੇ ਹਾਂ ਪਰ ਉਹ ਪੜ੍ਹਾਈਆਂ ਸਾਨੂੰ ਸਿਖਾਉਂਦੀਆਂ ਕੀ ਹੈ ਸਾਨੂੰ ਇਹੀ ਸਿਖਾਉਂਦੀਆਂ ਨਾ ਕਿ ਅਸੀਂ ਬਹੁਤ ਵੱਡੀਆਂ ਵੱਡੀਆਂ ਨੌਕਰੀਆਂ ਤਾਂ ਕਰਨ ਲੱਗ ਜਾਂਦੇ ਹਾਂ ਪੈਸਾ ਤਾਂ ਕਮਾ ਲੈਂਦੇ ਹਾਂ ਪਰ ਜਿਹੜੇ ਸਾਡੇ ਮਾਪੇ ਆ ਸਾਨੂੰ ਜਿਨ੍ਹਾਂ ਨੇ ਇਸ ਕਾਬਲ ਕਰਤਾ ਉਹਨਾਂ ਨੂੰ ਅਸੀਂ ਪਿੱਛੇ ਛੱਡਦੇ ਜਾਂਦੇ ਹਾਂ ਤਾਂ ਇਹ ਪੜ੍ਹਾਈਆਂ ਸਾਡੇ ਕਿਸ ਕਦਰ ਨੇ ਫਿਰ ਕਿਸ ਸਾਡੇ ਕਿਹੜੇ ਕੰਮ ਨੇ ਜਿਹੜੀਆਂ ਜਿਹੜੀਆਂ ਪੜ੍ਹਾਈਆਂ ਸਾਨੂੰ ਸਾਡੇ ਰਿਸ਼ਤਿਆਂ ਤੋਂ ਦੂਰ ਕਰੀ ਜਾਂਦੀਆਂ ਸਾਨੂੰ ਸਾਡੇ ਭਾਈਆਂ ਤੋਂ ਦੂਰ ਕਰੀ ਜਾਂਦੀਆਂ ਸਾਨੂੰ ਸਾਡੇ ਸਾਰੇ ਰਿਸ਼ਤਿਆਂ ਨੂੰ ਪਿੱਛੇ ਹਟਾਈ ਜਾਂਦੀਆਂ ਤਾਂ ਉਹ ਉਹੋ ਜਿਹੀਆਂ ਪੜ੍ਹਾਈਆਂ ਤੋਂ ਦਾ ਮਤਲਬ ਕੀ ਹੈ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਇਹ ਪੜ੍ਹਾਈਆਂ ਹੋ ਗਈਆਂ ਸਿਰਫ ਨੌਕਰੀ ਬੇਸਡ ਬਿਲਕੁਲ ਜੀ ਠੀਕ ਹੈ ਕਿੱਤਾ ਬੇਸਡ ਪੜ੍ਹਾਈਆਂ ਦੀ ਗੱਲ ਆ ਗਈ ਨਾ ਕਿੱਤਾ ਬੇਸਡ ਪੜ੍ਹਾਈਆਂ ਹੋ ਗਈਆਂ ਜਿਹੜਾ ਸਾਨੂੰ ਸੰਸਕਾਰ ਨੈਤਿਕ ਗੁਣਾ ਨਾਲ ਬਿਲਕੁਲ ਨਹੀਂ ਜੋੜਦੀਆਂ ਇਹ ਪੜ੍ਹਾਈਆਂ ਸਿਰਫ ਜੇਕਰ ਅਸੀਂ ਨੌਕਰੀ ਕਰਨੀ ਸਾਡੇ ਉੱਥੇ ਕੰਮ ਆਉਂਦੀਆਂ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਆਮ ਰੂਟੀਨ ਦੇ ਵਿੱਚ ਦੇਖਿਆ ਜਾਵੇ ਸਾਡੇ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਤੇ ਸਾਡੇ ਸੰਸਕਾਰਾਂ ਦੇ ਨਾਲ ਨਹੀਂ ਜੋੜਦੀਆਂ ਪਰ ਇੱਕ ਟਾਈਮ ਅਸੀਂ ਪਿੱਛੇ ਨਜ਼ਰ ਮਾਰੀਏ ਉਸ ਪੜ੍ਹਾਈ ਤੇ ਨਜ਼ਰ ਮਾਰੀਏ ਤੇ ਅੱਜ ਦੇ ਟਾਈਮ 'ਚ ਜੇਕਰ ਅਸੀਂ ਅਜਿਹੇ ਕਿਸੇ ਇਨਸਾਨ ਨੂੰ ਮਿਲੀਏ ਤਾਂ ਸਾਨੂੰ ਪਤਾ ਲੱਗਣਾ ਕਿ ਕੀ ਫਰਕ ਹੈ ਅੱਜ ਦੀ ਪੜ੍ਹਾਈ ਦੇ ਵਿੱਚ ਤੇ ਪਿਛਲੀ ਪੜ੍ਹਾਈ ਦੇ ਵਿੱਚ ਬਿਲਕੁਲ ਠੀਕ ਉਦੋਂ ਜਿਹੜੀਆਂ ਪੜ੍ਹਾਈਆਂ ਸੀ ਬਹੁਤ ਸਸਤੀਆਂ ਅਤੇ ਛੋਟੀਆਂ ਜਿਹੀਆਂ ਪੜ੍ਹਾਈਆਂ ਹੁੰਦੀਆਂ ਸੀ ਕੁਛ ਕੁ ਪੜ੍ਹ ਕੇ ਬੰਦਾ 10 ਕੁ ਪੜ੍ਹ ਕੇ ਨੌਕਰੀਆਂ ਲੱਗ ਜਾਂਦਾ ਸੀ ਕਿੰਨੀਆਂ ਚੰਗੀਆਂ ਪੜ੍ਹਾਈਆਂ ਹੋਣਗੀਆਂ ਹੈ ਨਾ ਉਹਨਾਂ ਸਮਿਆਂ ਦੇ ਵਿੱਚ ਰਹੀਆਂ ਜਿਹੜੀਆਂ ਉਦੋਂ ਰਿਸ਼ਤਿਆਂ ਨੂੰ ਸਾਂਭਣ ਦੀ ਗੱਲ ਕਰਦੀਆਂ ਸੀ ਉਦੋਂ ਮਾਪਿਆਂ ਦੀ ਕਦਰ ਹੁੰਦੀ ਸੀ ਉਦੋਂ ਬਜ਼ੁਰਗਾਂ ਦੀ ਕਦਰ ਹੁੰਦੀ ਸੀ ਬਜ਼ੁਰਗਾਂ ਦਾ ਰੋਹਬ ਹੁੰਦਾ ਸੀ ਜਿਹੜੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਘਰ ਦਾ ਜਿੰਦਾ ਕਹੇ ਜਾਂਦੇ ਹੁੰਦੇ ਸੀ ਉਹਨਾਂ ਦੇ ਹੱਥ 'ਚ ਡਾਂਗ ਫੜਾਈ ਜਾਂਦੀ ਸੀ ਕਿ ਬਾਪੂ ਜੀ ਤੁਸੀਂ ਇੱਥੇ ਬੈਠੋ ਅਸੀਂ ਕੰਮ ਕਰਦੇ ਹਾਂ ਤੁਸੀਂ ਸਾਨੂੰ ਹੁਕਮ ਦਿਓ ਕਿ ਕਰਨਾ ਕੀ ਹੈ ਕੋਈ ਬਹੁਤੇ ਲੰਬੇ ਸਮੇਂ ਦੀ ਗੱਲ ਨਹੀਂ ਕਰਦੇ ਆਪਣੇ ਦੇਖਣ ਦੀ ਗੱਲ ਹੀ ਹੈ ਕਿ ਸਮਾਜ ਕਿੰਨਾ ਬਦਲਦਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਧਿਕਾਰ ਆ ਉਹ ਬਹੁਤ ਜਲਦੀ ਖੋਹ ਲਏ ਜਾਂਦੇ ਆ ਜਦੋਂ ਉਹ ਕੰਮ ਕਰਨ ਦੇ ਕਾਬਲ ਨਹੀਂ ਰਹਿ ਗਏ ਤਾਂ ਜਿਹੜੇ ਉਹਨਾਂ ਦੇ ਅਧਿਕਾਰ ਸੀ ਉਹਨਾਂ ਤੋਂ ਖੋਹ ਲਏ ਜਾਂਦੇ ਆ ਤਾਂ ਕਿਤੇ ਨਾ ਕਿਤੇ ਬਜ਼ੁਰਗ ਵੀ ਸੋਚਦੇ ਹੁੰਦੇ ਆ ਕਿ ਆਹੀ ਇੱਕ ਅਵਸਥਾ ਹੈ ਜਦੋਂ ਅਸੀਂ ਬਹਿ ਕੇ ਆਰਾਮ ਨਾਲ ਨਹਾ ਧੋ ਕੇ ਬੈਠਣਾ ਖਾਣਾ ਔਰ ਆਪਣੇ ਬੱਚਿਆਂ ਨੂੰ ਆਪਣੇ ਹੁਕਮ ਦੇ ਅੰਦਰ ਰੱਖਣਾ ਤਾਂ ਬੱਚਿਆਂ ਦਾ ਵੀ ਇਹ ਕਿਤੇ ਨਾ ਕਿਤੇ ਫਰਜ਼ ਬਣਦਾ ਹੁੰਦਾ ਹੈ ਕਿ ਅਸੀਂ ਮਾਪਿਆਂ ਨੂੰ ਉਹ ਹੱਕ ਦੇਈਏ ਬਿਲਕੁਲ ਠੀਕ ਹੈ ਉਹ ਹੱਕ ਜਿਹੜਾ ਉਹ ਮਾਪਿਆਂ ਤੋਂ ਖੋਣਾ ਨਹੀਂ ਚਾਹੀਦਾ ਕਿ ਉਹ ਉਹਨਾਂ ਨੂੰ ਬਹੁਤ ਦੁਖੀ ਕਰਦਾ ਹੈ ਅੱਜ ਜਿਹੜੀ ਜਿਹੜੀ ਅਵਸਥਾ ਦੇ ਵਿੱਚ ਉਹ ਸਾਰੀ ਜ਼ਿੰਦਗੀ ਭੋਗ ਕੇ ਹੁਣ ਉਹਨਾਂ ਨੇ ਅਗਲੇ ਜੋ ਕਹਿ ਸਕਦੇ ਹਾਂ ਆਪਾਂ ਮਾਲਕ ਦੇ ਦਰਬਾਰ 'ਚ ਚਲੇ ਜਾਣਾ ਉਹਨਾਂ ਦੇ ਚਰਨਾਂ ਵਿੱਚ ਚਲੇ ਜਾਣਾ ਤਾਂ ਉਹਨਾਂ ਨੂੰ ਉਹ ਖੁਸ਼ੀ ਦੇ ਕੇ ਜੇਕਰ ਤੋਰਿਆ ਜਾਵੇ ਤਾਂ ਇਹਦਾ ਬਹੁਤ ਵੱਡਾ ਇੱਕ ਆਪਣੇ 'ਤੇ ਅਸਰ ਹੋ ਸਕਦਾ ਔਰ ਪੜ੍ਹਾਈ ਦਾ ਮਤਲਬ ਐਜੂਕੇਸ਼ਨ ਦਾ ਮਤਲਬ ਬਹੁਤ ਕੁਝ ਹੈ ਪਰ ਅਸੀਂ ਕੀ ਕਰਦੇ ਹਾਂ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਸਾਡੇ ਵਿੱਚ ਸਹਿਣਸ਼ੀਲਤਾ ਦੀ ਜਿਹੜੀ ਸ਼ਕਤੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਅਸੀਂ ਬਿਲਕੁਲ ਹੀ ਕਿਸੇ ਦੀ ਗੱਲ ਸਹਿਣ ਨਹੀਂ ਕਰਦੇ ਪਰ ਪਹਿਲਾਂ ਵਾਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਉਹ ਇਨਸਾਨ ਸੀਗੇ ਉਹ ਫਰਕ ਸੀ ਇਸ ਚੀਜ਼ ਨੂੰ ਲੈ ਕੇ ਉਹ ਪੜ੍ਹਾਈ ਇਹ ਸਿਖਾਉਂਦੀ ਸੀ ਕਿ ਹਾਂ ਕਿਸ ਤਰ੍ਹਾਂ ਸਹਿਜ ਮਤੇ ਨਾਲ ਸਹਿਣਸ਼ੀਲਤਾ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੂਸਰਿਆਂ ਦੇ ਨਾਲ ਵਿਚਰਨਾ ਗਾ ਪਰ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਔਰ ਬਹੁਤ ਸਾਰੀਆਂ ਗੱਲਾਂ ਇਸ ਵਿਸ਼ੇ 'ਤੇ ਅਸੀਂ ਸਾਂਝੀਆਂ ਕਰ ਵੀ ਸਕਦੇ ਸੀ ਕਿਉਂਕਿ ਤੁਸੀਂ ਸਾਡੇ ਨਾਲ ਵਿਜ਼ਨ ਸਵੇਰਾ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਇਹ ਅੱਜ ਦਾ ਜਿਹੜਾ ਅਸੀਂ ਵਿਸ਼ਾ ਤੁਹਾਡੇ ਲਈ ਲੈ ਕੇ ਆਏ ਸੀ ਬਹੁਤ ਹੀ ਸਾਡੇ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਮਹੱਤਵਪੂਰਨ ਵਿਸ਼ਾ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਨਵੇਂ ਅਤੇ ਵਧੀਆ ਵਿਸ਼ੇ ਤੁਹਾਡੇ ਰੂਬਰੂ ਰੱਖੀਏ ਅਸੀਂ ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਸਫ਼ਰ ਸਾਡਾ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਸਵੇਰ ਦੇ ਵਿੱਚ ਇੱਕ ਨਵੇਂ ਵਿਸ਼ੇ 'ਤੇ ਤਦ ਤੱਕ ਲਈ ਮੈਨੂੰ ਜਾਣੀ ਕਿ ਮਨਦੀਪ ਕੌਰ ਸਰਾਣੂ ਔਰ ਮੈਨੂੰ ਰਵੀ ਸੰਗਰਾਹੂਰ ਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਵਿਜ਼ਨ ਪੰਜਾਬ ਟੀਵੀ ਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ।